ਸਤਿ ਸ਼੍ਰੀ ਅਕਾਲ ਤੇ ਉਮੀਦ ਹੈ ਸਾਰੇ ਤੰਦਰੁਸਤ ਹੋਵੋਗੇ ਤੇ ਇਸ ਵੀਡੀਓ ਦੇ ਵਿੱਚ ਆਪਾਂ ਕੋਠੇ ਖੜਕ ਸਿੰਘ ਨਾਵਲ ਦੀ ਸਮਰੀ ਕਰਾਂਗੇ ਤੇ ਸਮਰੀ ਵੀ ਇੱਕ ਅਲੱਗ ਤਰ੍ਹਾਂ ਦੇ ਨਾਲ ਕਰਾਂਗੇ ਕਿ ਜਿਵੇਂ ਜਿਵੇਂ ਮੈਂ ਜਿਹੜੇ ਕਾਂਡ ਪੜ੍ਹਦਾ ਜਾਵਾਂਗਾ ਤਾਂ ਉਹਨਾਂ ਦੇ ਵੀ ਮੈਂ ਸੰਖੇਪ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੰਦਾ ਜਾਵਾਂਗਾ ਤੇ ਇਹ ਰਾਮ ਸਰੂਪ ਅਣਖੀ ਦੁਆਰਾ ਇਹ ਨਾਵਲ ਲਿਖਿਆ ਗਿਆ ਭਾਗ ਪਹਿਲਾ ਜਾਣੀ ਕਿ ਕਾਂਡ ਪਹਿਲਾ ਤਾਂ ਕਾਂਡ ਪਹਿਲੇ ਦੇ ਵਿੱਚ ਇੱਕ ਸੇਲ ਬਰਾਹ ਦਾ ਮੇਲਾ ਭਰਦਾ ਅਤੇ ਉੱਥੇ ਕੋਠੇ ਖੜਕ ਸਿੰਘ ਜਿਸ 'ਤੇ ਕਿ ਇਹ ਨਾਵਲ ਦਾ ਨਾਮ ਵੀ ਹੈ ਕਲਪਨਾ ਦੇ ਰਾਹੀਂ ਆਪਣਾ ਇੱਕ ਪਿੰਡ ਵਸਾਇਆ ਕੋਠੇ ਖੜਕ ਸਿੰਘ ਤਾਂ ਉੱਥੋਂ ਦਾ ਇੱਕ ਨੌਜਵਾਨ ਕੇਹਰ ਸਿੰਘ ਦਾ ਗਿੰਦਰ ਜਾਣੀ ਕਿ ਕੇਹਰ ਸਿੰਘ ਦਾ ਮੁੰਡਾ ਗਿੰਦਰ ਉਹ ਮੇਲੇ ਤੋਂ ਜਲਦੀ ਹੀ ਵਾਪਸ ਆ ਜਾਂਦਾ ਅਤੇ ਜਦੋਂ ਵਾਪਸ ਆਉਂਦਾ ਆਪਣੇ ਘਰ ਦੇਖਦਾ ਤਾਂ ਉਹਦੀ ਜਿਹੜੀ ਪਤਨੀ ਹੈ ਹਰਨਾਮੀ ਉਹ ਘਰ ਆਈ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਕੇਹਰ ਸਿੰਘ ਦੀ ਨਜ਼ਰ ਜਾਣੀ ਕਿ ਉਹਦੇ ਸਹੁਰੇ ਦੀ ਨਜ਼ਰ ਤੋਂ ਉਸਦੀ ਨੂੰਹ ਦਾ ਥੋੜ੍ਹਾ ਕਰੈਕਟਰ ਦਿਖਾਇਆ ਜਾਂਦਾ ਕਿ ਉਹ ਕਿੱਦਾਂ ਦੀ ਹੈ ਜੋ ਕਿ ਉਸਦੇ ਪਤੀ ਗਿੰਦਰ ਨੂੰ ਬਿਲਕੁਲ ਨਹੀਂ ਪਤਾ ਹੁੰਦਾ ਫਿਰ ਉਹ ਉਸਦੀ ਪੜਤਾਲ ਕਰਦਾ ਕਿ ਅਜੇ ਤੱਕ ਹਰਨਾਮੀ ਕਿਉਂ ਨਹੀਂ ਆਈ ਤਾਂ ਉਹ ਦੂਜੇ ਗਵਾਂਢੀਆਂ ਦੇ ਘਰ ਜਾ ਕੇ ਪੁੱਛਦਾ ਉਹਨੂੰ ਲੱਗਦਾ ਵੀ ਉਹਨਾਂ ਦੇ ਨਾਲ ਗਈ ਸੀ ਤਾਂ ਉਹਨਾਂ ਦੀ ਨੂੰਹ ਸਾਫ਼ ਸਾਫ਼ ਦੱਸ ਦਿੰਦੀ ਹੈ ਕਿ ਗਈ ਸਾਡੇ ਨਾਲ ਸੀ ਪਰ ਉਹ ਆਈ ਨਹੀਂ ਹੈਗੀ ਉਹ ਤਾਂ ਇੱਕ ਜਿਹੜੀ ਸ਼ੈਮੂ ਹੈ ਉਹ ਉੱਥੇ ਸਾਡੇ ਤੋਂ ਵੱਖ ਹੋ ਗਈਆਂ ਸੀ ਤਾਂ ਸ਼ੈਮੂ ਦਾ ਕਰੈਕਟਰ ਉਹਨੂੰ ਪਤਾ ਹੁੰਦਾ ਵੀ ਉਹ ਸਿਰੇ ਦੀ ਛਟੀ ਹੋਈ ਤੀਵੀਂ ਹੈ ਅਤੇ ਉਹਨੂੰ ਦਾਰੂ ਪੀਣ ਦੀ ਵੀ ਆਦਤ ਹੈ ਅਤੇ ਉਹਦਾ ਜਿਹੜਾ ਕਰੈਕਟਰ ਹੈ ਪੂਰਾ ਹੀ ਮਤਲਬ ਇੱਕ ਤਰ੍ਹਾਂ ਦਾ ਘਟੀਆ ਕਹਿ ਸਕਦੇ ਹਾਂ ਪਿੰਡ ਦੇ ਵਿੱਚ ਤਾਂ ਉਹ ਬਿਲਕੁਲ ਘਬਰਾ ਜਾਂਦਾ ਗਿੰਦਰ ਕਿਉਂਕਿ ਉਸਨੂੰ ਆਪਣੀ ਪਤਨੀ ਹਰਨਾਮੀ ਬਾਰੇ ਬਿਲਕੁਲ ਨਹੀਂ ਪਤਾ ਹੁੰਦਾ ਤਾਂ ਉਹ ਸ਼ੈਮੂ ਦੇ ਘਰ ਜਾਂਦਾ ਤਾਂ ਉੱਥੋਂ ਪਤਾ ਕਰਦਾ ਹੈ ਕਿ ਉਹ ਆਈ ਨਹੀਂ ਵਾਪਸ ਸ਼ੈਮੂ ਵੀ ਵਾਪਸ ਨਹੀਂ ਆਈ ਤਾਂ ਫਿਰ ਉਹਨੂੰ ਇੱਕ ਦਿਨ ਯਾਦ ਆਉਂਦੀ ਹੈ ਕਿ ਜਦੋਂ ਪਿਛਲੀ ਵਾਰ ਮੇਲਾ ਭਰਿਆ ਸੀ ਤਾਂ ਉੱਥੇ ਵੀ ਇਹੀ ਹੋਇਆ ਸੀ ਕਿ ਸ਼ੈਮੂ ਅਤੇ ਹਰਨਾਮੋ ਉਸ ਰਾਤ ਨਹੀਂ ਆਉਂਦੀਆਂ ਉਹ ਇੱਕ ਬਹਾਨਾ ਲਾ ਦਿੰਦੀਆਂ ਨੇ ਘਰ ਆ ਕੇ ਅਗਲੇ ਦਿਨ ਕਿ ਅਸੀਂ ਆਪਣੀ ਸਹੇਲੀ ਕੋਲ ਰੁਕ ਗਈਆਂ ਸੀ ਉਸਨੇ ਜ਼ੋਰ ਪਾ ਲਿਆ ਸੀ ਤਾਂ ਉਸਨੂੰ ਸਾਰੀ ਹੀ ਦਾਲ ਕਾਲੀ ਲੱਗਦੀ ਹੈ ਉਸਨੂੰ ਸ਼ੱਕ ਹੈ ਜਿਹੜਾ ਯਕੀਨ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਪਰ ਉਹ ਆਪਣੇ ਭਾਪੇ ਨਾਲ ਕੋਈ ਗੱਲ ਨਹੀਂ ਕਰਦਾ ਉਸ ਬਾਰੇ ਤਾਂ ਇਹ ਪਹਿਲੇ ਕਾਂਡ ਦੇ ਵਿੱਚ ਇੰਨਾ ਦੱਸਿਆ ਗਿਆ ਹੈ ਕਾਂਡ 2 ਰੋਟੀ ਟੁੱਕ ਦਾ ਕੰਮ ਨਿਬੇੜ ਕੇ ਗਿੰਦਰ ਦੁੱਧਵਾ ਸਾਂਭਦਾ ਹੀ ਬਾਪ ਦੇ ਕੋਲ ਮੰਜੀ 'ਤੇ ਪੈ ਜਾਂਦਾ ਅਤੇ ਦੋਵੇਂ ਬਾਪ ਪੁੱਤ ਚੁੱਪ ਰਹਿੰਦੇ ਨੇ ਅਤੇ ਦੋਵਾਂ ਦੇ ਮਨ ਦੇ ਵਿੱਚ ਹੀ ਭਚਾਲ ਚੱਲ ਰਿਹਾ ਹੁੰਦਾ ਹੈ ਕਿਉਂਕਿ ਬਹੁਤ ਰਾਤ ਹੋ ਚੁੱਕੀ ਹੁੰਦੀ ਹੈ ਅਤੇ ਅਜੇ ਤੱਕ ਸ਼ੈਮੋ ਅਤੇ ਹਰਨਾਮੋ ਵਾਪਸ ਨਹੀਂ ਆਈਆਂ ਹੁੰਦੀਆਂ ਅਤੇ ਕਦੇ ਕਦੇ ਗਿੰਦਰ ਸੋਚਦਾ ਹੈ ਕਿਉਂਕਿ ਉਸਨੂੰ ਸ਼ੱਕ ਪਹਿਲਾਂ ਹੀ ਹੋ ਚੁੱਕਿਆ ਹੁੰਦਾ ਹੈ ਕਿ ਉਹਨੂੰ ਕਲੈਣੀ ਨੂੰ ਮੈਂ ਮਾਰ ਹੀ ਦੇਵਾਂ ਜਦੋਂ ਆ ਜਾਵੇ ਪਰ ਦੂਜੇ ਪਲ ਸੋਚਦਾ ਹੈ ਕਿ ਨਾ ਵੀ ਕੀ ਕਹਿਣਗੇ ਲੋਕ ਤਾਂ ਲੋਕਾਂ ਦਾ ਡਰ ਉਹਨੂੰ ਬਹੁਤ ਸਤਾਉਂਦਾ ਤਾਂ ਇੱਦਾਂ ਹੀ ਕਰਦੇ ਸੋ ਜਾਂਦੇ ਨੇ ਦੋਵੇਂ ਬਾਪ ਪੁੱਤ ਪਰ ਗਿੰਦਰ ਨੂੰ ਨੀਂਦ ਨਹੀਂ ਆਉਂਦੀ ਅਤੇ ਜਦੋਂ ਰਾਤ ਵਾਹਵਾ ਹੋ ਜਾਂਦੀ ਹੈ ਤਾਂ ਉਸ ਸਮੇਂ ਗੇਟ ਖੜਕਦਾ ਅਤੇ ਜਦੋਂ ਗੇਟ ਖੋਲ੍ਹਦਾ ਤਾਂ ਸ਼ਾਮੋ ਹੁੰਦੀ ਹੈ ਅਤੇ ਸ਼ਾਮੋ ਪਿੱਛੇ ਨਾਲ ਹੀ ਹਰਨਾਮੋ ਆ ਜਾਂਦੀ ਹੈ ਫਿਰ ਉਸਨੂੰ ਸ਼ਾਮੋ ਸਟੋਰੀ ਦੱਸਦੀ ਹੈ ਕਿ ਇੱਦਾਂ ਕਰਕੇ ਕਿਸੇ ਔਰਤ ਦੀ ਗਹਿਣੇ ਚੁਰਾ ਲਏ ਸੀ ਅਤੇ ਉਹਦਾ ਇਲਜ਼ਾਮ ਸਾਡੇ 'ਤੇ ਲੱਗ ਗਿਆ ਸੀ ਉਹ ਤਾਂ ਨੇੜਲੇ ਪਿੰਡ ਦੇ ਨੰਬਰਦਾਰਾਂ ਨੇ ਸਾਡਾ ਖਹਿੜਾ ਛਡਾਇਆ ਅਤੇ ਉਹ ਹੀ ਇੱਥੇ ਤੱਕ ਛੱਡ ਕੇ ਗਏ ਨੇ ਫਿਰ ਉਹ ਗਿੰਦਰ ਨੂੰ ਕਹਿੰਦੀ ਹੈ ਵੀ ਤੂੰ ਤਾਂ ਸਿਆਣਾ ਪਰ ਮੈਨੂੰ ਤਾਂ ਘਰੇ ਪਤਾ ਨਹੀਂ ਕੀ ਕਹਿਣਗੇ ਫਿਰ ਉਹ ਗਿੰਦਰ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਘਰੇ ਛੱਡ ਜਦੋਂ ਗਿੰਦਰ ਸ਼ਾਮ ਨੂੰ ਘਰੇ ਛੱਡਣ ਜਾਂਦਾ ਤਾਂ ਉਹਨੂੰ ਸ਼ਰਾਬ ਦੀ ਮੁਸ਼ਕ ਆਉਂਦੀ ਉਹਦੇ ਵਿੱਚੋਂ ਅਤੇ ਉਹਨੂੰ ਜਦ ਘਰ ਛੱਡਦਾ ਤਾਂ ਉਹਦੇ ਘਰ ਕੋਈ ਨਹੀਂ ਬੋਲਦਾ ਕਿ ਜਿਵੇਂ ਕਿ ਪਤੀ ਹੈ ਕਿ ਉਸ ਤੋਂ ਸਾਰੇ ਡਰਦੇ ਹੁੰਦੇ ਹੈ ਅਤੇ ਪੂਰੀ ਛੱਟੀ ਹੋਈ ਤੀਵੀਂ ਹੁੰਦੀ ਹੈ ਸ਼ਾਮੋ ਫਿਰ ਜਦੋਂ ਆਪਣੇ ਘਰ ਆਉਂਦਾ ਤਾਂ ਹਰਨਾਮੋ ਦੀ ਚੁੰਨੀ ਨੂੰ ਵੀ ਦੇਖਦਾ ਜਦੋਂ ਤਾਂ ਸੁੰਘਦਾ ਤਾਂ ਉਹਨੂੰ ਉੱਥੋਂ ਸ਼ਰਾਬ ਦੀ ਬੋ ਆਉਂਦੀ ਹੈ ਤਾਂ ਫਿਰ ਉਹ ਸਵੇਰੇ ਜਦੋਂ ਉਹਨੂੰ ਠਾਲਦਾ ਚਾਹ ਪਾਣੀ ਉਹਨੂੰ ਪਿਆਉਂਦਾ ਤਾਂ ਉਦੋਂ ਵੀ ਜਦੋਂ ਨੇੜੇ ਲੱਗਦਾ ਤਾਂ ਉਹਨੂੰ ਉਹਦੇ ਵਿੱਚੋਂ ਸ਼ਰਾਬ ਦੀ ਬੋ ਆਉਂਦੀ ਹੈ ਮੁਸ਼ਕ ਆਉਂਦੀ ਹੈ ਫਿਰ ਉਸਨੂੰ ਕਹਿ ਵੀ ਦਿੰਦਾ ਕਿ ਸ਼ਰਾਬ ਦੀ ਬੋ ਕਿੱਥੋਂ ਤਾਂ ਉਹ ਕਹਿੰਦੀ ਹੈ ਵੀ ਤੈਨੂੰ ਕਿੱਥੋਂ ਪਤਾ ਤੂੰ ਤਾਂ ਸ਼ਰਾਬ ਕਿਹੜਾ ਕਦੇ ਪੀਤੀ ਹੈ ਚਲੋ ਉਹ ਕਹਿੰਦਾ ਵੀ ਤੂੰ ਜੰਗਲ ਪਾਣੀ ਜਾ ਆ ਆਪਣੀ ਪਤਨੀ ਹਰਨਾਮੋ ਨੂੰ ਤਾਂ ਉਹ ਚੱਲ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਬਾਪੂ ਉੱਠ ਕੇ ਉਹਦੇ ਕੋਲ ਆਉਂਦਾ ਤਾਂ ਉਹਨੂੰ ਕਹਿੰਦਾ ਵੀ ਪੁੱਤ ਨੂੰ ਕੁਛ ਨਾ ਕਹੀ ਤਾਂ ਉਹ ਚਲਾ ਜਾਂਦਾ ਇਹ ਗੱਲ ਗਿੰਦਰ ਨੂੰ ਬੜੀ ਰੜਕਦੀ ਹੈ ਕਿਉਂਕਿ ਸ਼ੱਕ ਪਹਿਲਾਂ ਵੀ ਹੋ ਚੁੱਕਿਆ ਹੁੰਦਾ ਤਾਂ ਜਦੋਂ ਉਹਦਾ ਪਿਤਾ ਕਹਿੰਦਾ ਵੀ ਪੁੱਤ ਉਹਨੂੰ ਕੁਝ ਨਾ ਕਹੀ ਤਾਂ ਉਹ ਹੋਰ ਉਹਦੇ ਦਿਮਾਗ ਦੇ ਵਿੱਚੋਂ ਸ਼ੱਕ ਬੈਠ ਜਾਂਦੀ ਹੈ ਫਿਰ ਉਹ ਦੁਬਾਰਾ ਉਸ ਚੁੰਨੀ ਨੂੰ ਦੇਖਦਾ ਤਾਂ ਚੁੰਨੀ ਦੇ ਵਿੱਚ ਹਲਦੀ ਲੱਗੀ ਹੁੰਦੀ ਹੈ ਤਾਂ ਜਿਸ ਤੋਂ ਅੰਦਾਜ਼ਾ ਲਗਾਉਂਦਾ ਕਿ ਸ਼ਾਮੋ ਤਾਂ ਦਾਰੂ ਪੀਂਦੀ ਹੀ ਪੀਂਦੀ ਹੈ ਤਾਂ ਇਹਨਾਂ ਨੇ ਕੱਲ੍ਹ ਮੇਲੇ 'ਤੇ ਦਾਰੂ ਵੀ ਪੀਤੀ ਹੈ ਮੀਟ ਵੀ ਖਾਧਾ ਤਾਂ ਇਹਨਾਂ ਦੀ ਬਲਬਲਿਆਂ ਦੇ ਵਿੱਚ ਉਹ ਡੂੰਘਾ ਸੋਚ ਦੇ ਵਿੱਚ ਲੈ ਜਾਂਦਾ ਫਿਰ ਉਹ ਸੋਚਦਾ ਕਿ ਸ਼ਾਮੋ ਤਾਂ ਪਹਿਲਾਂ ਸੀ ਇੱਕ ਤਾਂ ਦੂਜੀ ਸ਼ਾਮੋ ਮੇਰੇ ਘਰ ਜੰਮ ਪਈ ਕਦੇ ਤੀਵੀਆਂ ਵੀ ਦਾਰੂ ਪੀਂਦੀਆਂ ਹੁੰਦੀਆਂ ਨੇ ਤਾਂ ਉਹ ਇਸੇ ਹੀ ਸੋਚਾਂ ਦੇ ਨਾਲ ਉਹ ਖੇਤ ਚਲਾ ਜਾਂਦਾ ਅਤੇ ਉੱਥੇ ਉਹ ਹਰੇ ਦੀ ਪੰਡ ਪੜਦਾ ਅਤੇ ਪਹਿਲਾਂ ਉਹ ਪੰਡ ਉਹ ਇਕੱਲੇ ਚੱਕ ਲੈਂਦਾ ਹੁੰਦਾ ਪਰ ਅੱਜ ਉਹ
ਚਿੰਤਾਵਾਂ ਦੇ ਨਾਲ ਘਿਰਿਆ ਹੋਇਆ ਤਾਂ ਕਰਕੇ ਉਸ ਤੋਂ ਪੰਡ ਨਹੀਂ ਚੁੱਕੀ ਜਾਂਦੀ ਅਤੇ ਉਹ ਕਿਸੇ ਨੂੰ ਉਡੀਕਦਾ ਹੈ। ਤਿੰਨ ਹਰਨਾਮੀ ਦੇ ਪਿੰਡ ਦੀ ਗੱਲ ਹੈ ਇਸ ਕਾਂਡ ਦੇ ਵਿੱਚ। ਹਰਨਾਮੀ ਦੋ ਭਾਈਆਂ ਦੀ ਇਕੱਲੀ ਭੈਣ ਸੀ, ਦੋਵਾਂ ਤੋਂ ਛੋਟੀ ਸੀ, ਦੋਵੇਂ ਹੀ ਭਰਾ ਵਿਆਹੇ ਹੋਏ ਸਨ ਅਤੇ ਦੋਵਾਂ ਦੀ ਇੱਕ ਇੱਕ ਦੋ ਦੋ ਜਵਾਕ ਸਨ। ਅਤੇ ਹਰਨਾਮੀ ਖੁੱਲ੍ਹੇ ਹੱਡ ਪੈਰਾਂ ਦੀ ਸੀ, ਖੁੱਲ੍ਹਾ ਖਾਣ ਪੀਣ ਨੂੰ ਮਿਲਦਾ ਸੀ, ਚੰਗੇ ਸੋਹਣੇ ਕੱਪੜੇ ਪਾ ਕੇ ਰੱਖਦੀ, ਕਾਲੀ ਗਲ ਵਿੱਚ ਗਾਨੀ ਪਾ ਕੇ ਰੱਖਦੀ, ਸੋਨੇ ਦੀ ਤਵੀਤੀ, ਅਤੇ ਸਾਰਾ ਦਿਨ ਉਹ ਕੋਲੇ ਕੱਛਦੀ ਰਹਿੰਦੀ, ਕਦੇ ਉਸ ਘਰ ਕਦੇ ਉਸ ਘਰ, ਅਤੇ ਸਾਰਾ ਦਿਨ ਹੀ ਇੱਧਰ ਉੱਧਰ ਫਿਰਦੀ ਰਹਿੰਦੀ। ਅਤੇ ਉਸੇ ਹੀ ਪਿੰਡ ਦੇ ਇੱਕ ਦੁੱਲਾ ਸੀ ਜੋ ਕਿ ਖੂਹ ਦਾ ਕੰਮ ਸੰਭਾਲਦਾ ਸੀ। ਉਹ ਆਪਣੇ ਸਵੇਰੇ ਹੀ ਝੋਟੇ ਲੈ ਜਾਂਦਾ ਤਾਂ ਖੂਹ ਦਾ ਪਾਣੀ ਕੱਢਦਾ ਸੀ ਅਤੇ ਉੱਥੋਂ ਸਾਰੇ ਪਾਣੀ ਭਰਨ ਆਉਂਦੇ ਸੀ। ਉਹ ਕਿ ਉਹਦੀ ਜਿਹੜੀ ਪਤਨੀ ਸੀ ਉਹ ਮਰ ਚੁੱਕੀ ਸੀ ਅਤੇ ਉਹਦਾ ਮੁੰਡਾ ਸੀ ਰਜਬ, ਉਹਦੀ 35-36 ਸਾਲ ਦੀ ਉਮਰ ਸੀ ਅਤੇ ਹਰਨਾਮੀ ਦੀ 18-20 ਸਾਲ ਦੀ ਉਮਰ ਹੋ ਚੁੱਕੀ ਸੀ। ਅਤੇ ਉਹ ਦੋਵੇਂ ਉੱਥੇ ਮਿਲਦੇ, ਆਪਸ ਦੇ ਵਿੱਚ ਗੱਲਾਂ ਕਰਦੇ ਤਾਂ ਉੱਥੇ ਉਹਨਾਂ ਦਾ ਪਿਆਰ ਪੈ ਜਾਂਦਾ ਹੈ, ਜਿਸ ਕਰਕੇ ਦੁੱਲਾ ਸਭ ਤੋਂ ਪਹਿਲਾਂ ਖੂਹ 'ਤੇ ਆਉਂਦਾ ਅਤੇ ਹਰਨਾਮੀ ਵੀ ਸਭ ਤੋਂ ਪਹਿਲਾਂ ਖੂਹ 'ਤੇ ਆਪਣਾ ਕੜਾ ਲੈ ਕੇ ਪਹੁੰਚ ਜਾਂਦੀ। ਉਸ ਤੋਂ ਬਾਅਦ ਹਰਨਾਮੀ ਦੀ ਭੂਆ ਨੇ ਹਰਨਾਮੀ ਦਾ ਰਿਸ਼ਤਾ ਕੋਠੇ ਖੜਕ ਸਿੰਘ ਵਾਲੇ ਕਰਵਾ ਦਿੱਤਾ, ਜਿਸ ਤੋਂ ਬਾਅਦ ਕੀ ਹੈ ਉਹ ਮਕਲਾਵੇ ਤੋਂ ਬਾਅਦ ਅਗਲੇ ਸਾਲ ਹੀ ਉੱਥੇ ਚਲੀ ਗਈ। ਅਤੇ ਉਸ ਤੋਂ ਬਾਅਦ ਦੁੱਲੇ ਨੇ ਸਾਰਾ ਹੀ ਕੰਮ ਛੱਡਤਾ ਜਾਂ ਉਹ ਲੇਟ ਜਾਇਆ ਕਰੇ ਕਿਉਂਕਿ ਉਸਦਾ ਹੁਣ ਜੀ ਨਹੀਂ ਲੱਗਦਾ ਸੀ। ਹਰਨਾਮੀ ਕਾਫੀ ਟਾਈਮ ਬਾਅਦ ਦੁਬਾਰਾ ਪਿੰਡ ਆਈ ਅਤੇ ਉਹ ਦੁੱਲੇ ਨੂੰ ਜਾ ਕੇ ਮਿਲੀ। ਉੱਥੇ ਉਹਨਾਂ ਨੇ ਦੋਵਾਂ ਨੇ ਖੂਬ ਗੱਲਾਂ ਕੀਤੀਆਂ, ਦੁੱਖ ਸੁੱਖ ਕੀਤਾ। ਫਿਰ ਹਰਨਾਮੀ ਨੇ ਕਿਹਾ ਵੀ ਜੇ ਤੂੰ ਮੈਨੂੰ ਪਿੰਡ ਨਹੀਂ ਮਿਲਣ ਆਇਆ ਤਾਂ ਮੈਂ ਮਰ ਜਾਂਗੀ, ਤੂੰ 2-3 ਮਹੀਨਿਆਂ ਬਾਅਦ ਉੱਥੇ ਜ਼ਰੂਰ ਗੇੜਾ ਮਾਰਿਆ ਕਰ। ਤਾਂ ਦੁੱਲਾ ਪਹਿਲਾਂ ਡਰਦਾ ਸੀ ਕਿ ਬੇਗਾਨੇ ਪਿੰਡ ਹੈ ਉੱਥੇ ਮੈਨੂੰ ਮਾਰ ਦੇਣਗੇ, ਪਰ ਹਰਨਾਮੀ ਦੇ ਅਤੇ ਬਾਕੀ ਜਿਹੜਾ ਪਿਆਰ ਸੀ ਉਹਦੇ ਕਰਕੇ ਉਹ ਉਹਦੇ ਬਾਅਦ ਦੇ ਵਿੱਚ ਪਿੰਡ ਚਲਾ ਜਾਂਦਾ ਹੈ। ਸਿੱਧਾ ਉਹ ਘਰ ਚਲਾ ਜਾਂਦਾ ਅਤੇ ਪਤੀ ਗਿੰਦਰ ਖੇਤ ਹੁੰਦਾ ਅਤੇ ਉਹਦਾ ਸਹੁਰਾ ਉਹ ਸੱਥ ਵਿੱਚ ਬੈਠਿਆ ਹੁੰਦਾ, ਘਰ ਹਰਨਾਮੀ ਇਕੱਲੀ ਹੁੰਦੀ ਹੈ। ਤਾਂ ਦੋਵੇਂ ਖੂਬ ਗੱਲਾਂ ਕਰਦੇ ਨੇ, ਹਰਨਾਮੀ ਉਹਨੂੰ ਰੋਟੀ ਵੀ ਉੱਥੇ ਖਵਾਉਂਦੀ ਹੈ ਅਤੇ ਉਸ ਤੋਂ ਬਾਅਦ ਉਹ ਆਪਣੇ ਪਤੀ ਨੂੰ ਰੋਟੀ ਦੇਣ ਚੱਲ ਜਾਂਦੀ ਹੈ। ਜਾਂਦੇ ਹੋਏ ਸਹੁਰੇ ਨੂੰ ਸੁਨੇਹਾ ਦੇ ਜਾਂਦੀ ਹੈ ਕਿ ਹੰਡਿਆਈ ਤੋਂ ਇੱਕ ਬੰਦਾ ਆਇਆ ਅਤੇ ਮੈਂ ਉਹਨੂੰ ਰੋਟੀ ਖਵਾ ਦਿੱਤੀ ਹੈ ਅਤੇ ਤੁਸੀਂ ਉਹਦੇ ਨਾਲ ਗੱਲਾਂ ਬਾਤ ਕਰੋ, ਇਕੱਲਾ ਬੰਦਾ ਬੁਰਾ ਮੰਨ ਜਾਏਗਾ। ਅਤੇ ਉੱਥੇ ਜਾ ਕੇ ਉਹ ਆਪਣੇ ਬਾਅਦ 'ਚ ਪਤੀ ਨੂੰ ਵੀ ਦੱਸਦੀ ਹੈ ਗਿੰਦਰ ਨੂੰ ਕਿ ਇੱਦਾਂ ਕਰਕੇ ਹੰਡਿਆਈ ਤੋਂ ਇੱਕ ਦੁੱਲਾ ਆਇਆ ਅਤੇ ਮੈਂ ਉਹਨੂੰ ਰੋਟੀ ਦਾ ਖਵਾ ਆਈ ਹਾਂ, ਹੁਣ ਪਾਪਾ ਉਹਦੇ ਕੋਲ ਹੈ। ਤਾਂ ਉਸ ਤੋਂ ਬਾਅਦ ਦੁੱਲਾ ਸਹੁਰੇ ਨਾਲ ਗੱਲਾਂ ਕਰਦਾ ਅਤੇ ਉਸ ਤੋਂ ਬਾਅਦ ਉਹ ਚਲਿਆ ਜਾਂਦਾ। ਸਹੁਰਾ ਵੀ ਉਹਨੂੰ ਕਹਿੰਦਾ ਵੀ ਚੰਗਾ ਹੋਇਆ ਪੁੱਤ ਤੂੰ ਆ ਗਿਆ, ਦੁੱਖ ਸੁੱਖ ਦਾ ਪਤਾ ਲੱਗ ਗਿਆ। ਤਾਂ ਇਸ ਕਾਂਡ ਦਾ ਵਿੱਚ ਇੱਥੇ ਹੀ ਸਮਾਪਤੀ ਹੁੰਦੀ ਹੈ। ਕਾਂਡ ਨੰਬਰ 4 ਝੰਡਾ ਅਤੇ ਅਰਜੁਨ ਦੋ ਭਰਾ ਸਨ। ਝੰਡਾ ਵੱਡਾ ਸੀ ਅਤੇ ਅਰਜੁਨ ਛੋਟਾ ਸੀ। ਝੰਡਾ ਬਹੁਤ ਹੀ ਸਮਝਦਾਰ, ਸਿਆਣਾ ਅਤੇ ਕੰਮਕਾਰ ਵਾਲਾ ਸੀ ਅਤੇ ਉਹ ਵਿਆਹਿਆ ਵੀ ਹੋਇਆ ਸੀ, ਪਰ ਅਰਜੁਨ ਨਾ ਕੋਈ ਘਰ ਦਾ ਕੰਮ ਕਰਦਾ ਸੀ, ਸਾਰਾ ਦਿਨ ਇੱਧਰ ਉੱਧਰ ਫਿਰਦਾ ਰਹਿੰਦਾ ਸੀ। ਅਤੇ ਬਾਅਦ ਦੇ ਵਿੱਚ ਉਹ ਡੇਰੇ ਜਾਣ ਲੱਗ ਗਿਆ ਅਤੇ ਡੇਰੇ ਦੀ ਦੁੱਧ ਦੀ ਗਜ਼ਾ ਕਰਨ ਲੱਗ ਗਿਆ, ਉੱਥੇ ਦੁੱਧ ਪੀਂਦਾ ਰਹਿੰਦਾ, ਡੇਰੇ ਦੇ ਵਿੱਚ ਹੀ ਗੱਲਾਂ ਮਾਰਦਾ ਰਹਿੰਦਾ। ਫਿਰ ਇੱਕ ਦਿਨ ਡੇਰੇ ਦੇ ਵਿੱਚ ਮੱਲ ਆਏ ਤਾਂ ਉਹ ਮੱਲਾਂ ਦੀਆਂ ਗੱਲਾਂ ਸੁਣਨ ਲੱਗ ਗਿਆ, ਉਹਨਾਂ ਦੀ ਖੁਰਾਕ ਸੁਣਨ ਲੱਗ ਗਿਆ, ਤਾਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹ ਉਹਨਾਂ ਦੇ ਨਾਲ ਹੀ ਰਹਿਣ ਲੱਗ ਗਿਆ। ਉਹ ਉਹਨਾਂ ਦੇ ਨਾਲੇ 5-6 ਮਹੀਨੇ ਇੱਧਰ ਜਾਇਆ ਕਰੇ ਅਤੇ ਉਹਨਾਂ ਦੀ ਹੀ ਲੰਗੋਟ ਸਾਂਭਦਾ ਰਹੇ ਕਰੇ। ਤਾਂ ਅਰਜੁਨ ਦੀ ਭਾਬੀ ਜਾਣੀ ਕਿ ਝੰਡੇ ਦੀ ਪਤਨੀ ਉਹਨੂੰ ਮਿਹਣੇ ਮਾਰਦੀ, ਲੜਦੀ ਕਿ ਨਹੀਂ ਵੀ ਸਾਹ ਤੈਨੂੰ ਇਹੋ ਜਿਹਾ ਕੀ ਘੋਲ ਕੇ ਦਿੰਦੇ ਨੇ, ਮੱਲ ਤੈਨੂੰ ਇਹੋ ਜਿਹਾ ਕੀ ਘੋਲ ਕੇ ਦਿੰਦੇ ਨੇ। ਤਾਂ ਉਹ ਦਿਓਰ ਭਰਜਾਈ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਤਾਂ ਉਹਨੂੰ ਛੇੜਦੀ ਰਹਿੰਦੀ ਹੈ, ਭਰਜਾਈ ਉਹਨੂੰ ਕਹਿੰਦੀ ਰਹਿੰਦੀ ਹੈ ਵੀ ਮੈਂ ਤੈਨੂੰ ਸੰਗਲੀ ਪਾ ਲੂੰਗੀ, ਮੈਂ ਤੈਨੂੰ ਇੱਦਾਂ ਕਰ ਦੂੰਗੀ, ਇੱਦਾਂ ਕਰ ਦੂੰਗੀ, ਜਿਸ ਦਾ ਅੰਤ ਕੀ ਹੁੰਦਾ ਕਿ ਉਹ ਲਾਸਟ ਦੇ ਵਿੱਚ ਆਪਦੇ ਦਿਓਰ ਅਰਜਨ 'ਤੇ ਸੰਗਲੀ ਪਾ ਹੀ ਲੈਂਦੀ ਹੈ। ਫਿਰ ਇੱਕ ਦਿਨ ਅਰਜਨ ਆਪਣੇ ਪੁਰਾਣੇ ਦੋਸਤ ਪ੍ਰੀਤਮ ਨਾਲ ਦਾਰੂ ਪੀ ਰਿਹਾ ਸੀ। ਉਹ ਗਿੰਦਰ ਦੇ ਘਰ ਹੀ ਦਾਰੂ ਪੀ ਰਹੇ ਸੀ, ਗਿੰਦਰ ਦਾ ਪੀਂਦਾ ਨਹੀਂ ਸੀ, ਪਰ ਉਹ ਦੋਵੇਂ ਦੋਸਤ ਉੱਥੇ ਬਹਿ ਕੇ ਦਾਰੂ ਪੀ ਰਹੇ ਸੀ। ਪ੍ਰੀਤਮ ਦੀ ਬਹੂ ਨੰਦ ਕੌਰ, ਜਿਸ ਦੀ ਕਿ ਗਿੰਦਰ ਦੀ ਪਤਨੀ ਨਾਲ ਖੂਹ ਬਣਦੀ ਸੀ ਅਤੇ ਉਹ ਇਕੱਠੇ ਬੈਠ ਕੇ ਕਈ ਵਾਰ ਗੱਲਾਂ ਮਾਰਦੀਆਂ ਰਹਿੰਦੀਆਂ ਸੀ, ਹਰਨਾਮੀ ਅਤੇ ਨੰਦ ਕੌਰ। ਤਾਂ ਉਸ ਤੋਂ ਬਾਅਦ ਉਹ ਜਦੋਂ ਦਾਰੂ ਪੀਂਦੇ ਨੇ ਤਾਂ ਉੱਥੇ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਅਤੇ ਗਿੰਦਰ ਉੱਥੋਂ ਚੱਲਿਆ ਜਾਂਦਾ। ਤਾਂ ਪ੍ਰੀਤਮ ਉਹਨੂੰ ਦੱਸਦਾ ਕਿ ਗਿੰਦਰ ਦੀ ਘਰ ਵਾਲੀ ਹਰਨਾਮੀ ਬਹੁਤ ਅੱਗ ਹੈ, ਉਹ ਬਹੁਤ ਹੀ ਤੇਜ਼ ਹੈ ਕੁੜੀ, ਤੂੰ ਉਸ 'ਤੇ ਅੱਖ ਰੱਖ। ਫਿਰ ਉਹ ਉੱਦਾਂ ਦੀਆਂ ਗੱਲਾਂ ਕਰਦੇ ਰਹਿੰਦੇ ਨੇ ਤਾਂ ਉਹ ਅਰਜੁਨ ਕਹਿੰਦਾ ਵੀ ਤੂੰ ਰੱਖ। ਪ੍ਰੀਤਮ ਕਹਿੰਦਾ ਵੀ ਮੇਰੇ 'ਚ ਤਾਂ ਹਿੰਮਤ ਨਹੀਂ ਹੈਗੀ, ਤੂੰ ਇੱਦਾਂ ਕਰੀ ਤੂੰ ਸਾਡੇ ਘਰ ਆ ਜਾਈਂ ਅਤੇ ਮੈਂ ਤੈਨੂੰ ਮਿਲਿਆ ਦੂੰਗਾ ਅਤੇ ਤੂੰ ਉਹਦੇ ਨਾਲ ਛੇਤੀ ਗੱਲ ਕਰ ਲਈ। ਤਾਂ ਅਰਜੁਨ ਤਿਆਰ ਹੋ ਜਾਂਦਾ, ਤਾਂ ਉਹ ਕਹਿੰਦਾ ਵੀ ਉਹ ਇੰਨੇ 'ਚ ਹੀ ਮੰਨ ਜਾਏਗੀ। ਤਾਂ ਉਹਨੂੰ ਪ੍ਰੀਤ ਕਹਿੰਦਾ ਵੀ ਤੈਨੂੰ ਇੱਦਾਂ ਤਾਂ ਹਾੜੇ ਕੱਢਣੇ ਪੈਣਗੇ, ਪਰ ਜੇ ਤੂੰ ਡੋਰੇ ਪਾਏਗਾ ਉਸ 'ਤੇ ਪੈ ਜਾਣਗੇ। ਤਾਂ ਇੱਥੇ ਹੀ ਕਾਂਡ ਦੀ ਸਮਾਪਤੀ ਹੁੰਦੀ ਹੈ। ਨੰਬਰ 5 8 ਨੂੰ ਹੀ ਅਰਜਨ ਘਰ ਦੀ ਕੱਢੀ ਬੋਤਲ ਲੈ ਕੇ ਪ੍ਰੀਤਮ ਦੇ ਘਰ ਚੱਲ ਜਾਂਦਾ ਅਤੇ ਉੱਥੇ ਪ੍ਰੀਤਮ ਅਤੇ ਉਹ ਗੱਲਾਂ ਕਰਦੇ ਰਹਿੰਦੇ ਨੇ।
ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਦਾ ਕਿ ਹਰਨਾਮੀ ਬਾਹਰ ਆ ਗਈ ਹੈ, ਗਲੀ 'ਚ ਆ ਗਈ ਹੈ, ਉਹ ਸਾਗ ਦੇਣ ਆਈ ਹੁੰਦੀ ਹੈ, ਤਾਂ ਪ੍ਰੀਤਮ ਅਤੇ ਅਰਜਨ ਬਾਹਰ ਨਿਕਲਦੇ ਨੇ ਜਿੱਥੇ ਬੁੜੀਆਂ ਬੈਠੀਆਂ ਹੁੰਦੀਆਂ ਨੇ, ਪ੍ਰੀਤਮ ਦੀ ਮਾਂ ਅਤੇ ਪ੍ਰੀਤਮ ਦੀ ਪਤਨੀ ਬੈਠੀ ਹੁੰਦੀ ਹੈ, ਯਾਨੀ ਕਿ ਨੰਦ ਕੌਰ। ਤਾਂ ਉੱਥੇ ਮਾਂ ਕਹਿੰਦੀ ਹੈ ਵੀ ਪੁੱਤ ਅੱਜ ਫੇਰ ਨਹੀਂ ਮੈਂ ਇਸ ਮਿਲੀ, ਮੈਂ ਪਾਣੀ ਕਰਾ ਕੇ ਲਿਆਉਂਦੀ ਹਾਂ। ਤਾਂ ਪ੍ਰੀਤਮ ਨੂੰ ਵੀ ਬਹਾਨਾ ਜਿਹਾ ਮਿਲ ਜਾਂਦਾ ਹੈ, ਉਹ ਕਹਿੰਦਾ ਵੀ ਮਾਂ ਤੂੰ ਕਰਾ ਲਿਆ, ਨਹੀਂ ਹਨੇਰਾ ਹੋ ਜਾਏਗਾ, ਕੋਈ ਕੁੱਤਾ ਨਾ ਤੇਰੀ ਲੱਤ 'ਤੇ ਕੱਟ ਲਏ। ਉਸ ਤੋਂ ਬਾਅਦ ਮਾਂ ਚੱਲੀ ਜਾਂਦੀ ਹੈ, ਫਿਰ ਪ੍ਰੀਤਮ ਦੀ ਪਤਨੀ ਨੰਦ ਕੌਰ ਅਤੇ ਹਰਨਾਮੀ ਅਤੇ ਅਰਜਨ, ਇਹ ਚਾਰੇ ਬੈਠੇ ਨੇ ਅਤੇ ਚਾਰੇ ਗੱਲਾਂ ਕਰਦੇ ਰਹਿੰਦੇ ਨੇ। ਫਿਰ ਨੰਦ ਕੌਰ ਵਿਆਹ ਦੀਆਂ ਗੱਲਾਂ ਛੇੜਦੀ ਅਰਜਨ ਦੀਆਂ ਵੀ ਤੂੰ ਵਿਆਹ ਕਰਵਾ ਲੈ, ਤਾਂ ਨਾ ਨੁੱਕਰਾ ਕਰਦਾ ਰਹਿੰਦਾ। ਅਤੇ ਜਾਂਦੇ ਜਾਂਦੇ ਉਹਦੀ ਦੋਵੇਂ ਅੱਖਾਂ ਦੇ ਵਿੱਚ ਅੱਖਾਂ ਪੈ ਜਾਂਦੀਆਂ ਨੇ ਅਰਜਨ ਅਤੇ ਹਰਨਾਮੀ ਦੇ। ਫਿਰ ਅਰਜਨ ਅਤੇ ਪ੍ਰੀਤਮ ਘਰ ਚਲੇ ਜਾਂਦੇ ਨੇ ਹਰਨਾਮੀ ਦੇ, ਉੱਥੇ ਉਹਦਾ ਪਤੀ ਗਿੰਦਰ ਵੀ ਆ ਜਾਂਦਾ। ਤਾਂ ਗਿੰਦਰ ਕੰਮ ਕੁੰਮ ਕਰਦਾ ਰਹਿੰਦਾ ਅਤੇ ਉਹ ਬੁੜੇ ਕੋਲ ਜਾ ਕੇ ਬਹਿ ਜਾਂਦੇ ਨੇ ਪ੍ਰੀਤਮ ਅਤੇ ਅਰਜਨ। ਉੱਥੇ ਉਹਨਾਂ ਨੂੰ ਹਰਨਾਮੀ ਸਾਗ ਰੱਖਣ ਆਉਂਦੀ ਹੈ, ਤਾਂ ਜਦੋਂ ਬੁੜਾ ਅਤੇ ਪ੍ਰੀਤਮ ਗੱਲਾਂ ਕਰ ਰਹੇ ਹੁੰਦੇ ਨੇ ਤਾਂ ਅਰਜਨ ਉਹਦਾ ਹੱਥ ਫੜ ਲੈਂਦਾ। ਤਾਂ ਉੱਥੇ ਹਰਨਾਮੀ ਉਹਨੂੰ ਕੁਝ ਨਹੀਂ ਕਹਿੰਦੀ। ਅਤੇ ਫਿਰ ਕੁਝ ਕੁ ਟਾਈਮ ਬਾਅਦ ਅਰਜਨ ਅਤੇ ਪ੍ਰੀਤਮ ਉੱਥੇ ਖੜ੍ਹੇ ਹੋ ਜਾਂਦੇ ਨੇ ਅਤੇ ਗਿੰਦਰ ਨੂੰ ਲਾਂਭਾ ਜਿਹਾ ਦੇ ਕੇ ਉਹ ਤੋਂ ਚੱਲਦੇ ਬਣਦੇ ਨੇ ਕਿ ਤੂੰ ਤਾਂ ਕੰਮ ਕਰਦਾ ਯਾਰ, ਤਾਂ ਸਾਡੇ ਨਾਲ ਗੱਲਾਂ ਤਾਂ ਮਾਰਦੀ ਨਹੀਂ, ਅਤੇ ਇਸ ਤਰ੍ਹਾਂ ਚੱਲਦੇ ਹਾਂ। ਇੱਥੇ ਕਾਂਡ ਦੀ ਸਮਾਪਤੀ ਹੁੰਦੀ ਹੈ। ਰਾਤ ਨੂੰ ਤਾਂ ਨੂੰਹ ਸੱਸ ਚੁੱਪ ਰਹੀਆਂ, ਪਰ ਤੜਕੇ ਉੱਠਦੀ ਉਹ ਪ੍ਰੀਤ ਨੂੰ ਕਹਿਣ ਲੱਗੀਆਂ ਕਿ ਪ੍ਰੀਤਮ ਤੂੰ ਪੁੱਤ ਉਹਨੂੰ ਨਾਂ ਲੈ ਕੇ ਆਇਆ ਕਰ, ਅਰਜੁਨ ਤਾਂ ਛੜਾ ਛੜਾਂਗ ਹੈ, ਤੂੰ ਟੱਬਰ ਟੀਰ ਵਾਲਾ ਹੈ, ਕਬੀਲਦਾਰ ਬੰਦਾ, ਤੇਰਾ ਅਤੇ ਉਹਦਾ ਕੋਈ ਮੇਲ ਨਹੀਂ ਬਣਦਾ, ਅਤੇ ਤੁਸੀਂ ਦੋਵੇਂ ਰਲ ਕੇ ਕਿਉਂ ਗਿੰਦਰ ਦੇ ਘਰੇਂਗੇ, ਗਵਾਂਢੀ ਬੰਦਾ, ਜੇ ਕੱਲ੍ਹ ਨੂੰ ਆਪਣੇ ਲਾਂਭਾ ਲੈ ਕੇ ਆ ਗਿਆ। ਤਾਂ ਪ੍ਰੀਤਮ ਨੂੰ ਵੀ ਗੱਲਾਂ ਸੁਣ ਕੇ ਲੱਗਿਆ ਕਿ ਉਹਨੇ ਗਲਤ ਕੀਤਾ, ਤਾਂ ਉਹਨੂੰ ਅਫਸੋਸ ਜਿਹਾ ਹੋਇਆ। ਅਤੇ ਉਸ ਤੋਂ ਬਾਅਦ ਜਦੋਂ ਸੱਥ ਦੇ ਵਿੱਚ ਅਰਜੁਨ ਉਸ ਨੂੰ ਮਿਲਿਆ ਤਾਂ ਉਹਨੇ ਸਾਰੀ ਗੱਲ ਇਹ ਦੱਸਤੀ ਕਿ ਵੀ ਹੁਣ ਤੂੰ ਸਾਡੇ ਘਰ ਨਾ ਆਇਆ ਕਰ, ਬੁੜੀਆਂ ਕਰੇਜ਼ ਕਰਦੀਆਂ ਨੇ। ਤਾਂ ਅਰਜੁਨ ਵੀ ਕਹਿੰਦਾ ਵੀ ਠੀਕ ਹੈ, ਕੋਈ ਗੱਲ ਨਹੀਂ। ਉਸ ਤੋਂ ਬਾਅਦ ਦੋਵੇਂ ਉਹ ਚਲੇ ਜਾਂਦੇ ਨੇ ਅਤੇ ਅਰਜੁਨ ਬਾਅਦ ਦੇ ਵਿੱਚ ਸੋਚਦਾ ਕਿ ਹੁਣ ਮੈਂ ਕਿਹਨੂੰ ਦੱਸ ਪਾਵਾਂ, ਕੀ ਕਰਾਂ। ਤਾਂ ਅਰਜੁਨ ਸ਼ਿਆਮੋ ਕੋਲ ਜਾਂਦਾ, ਪ੍ਰਤਾਪੀ ਕੀ ਸ਼ਿਆਮੋ ਕੋਲ। ਤਾਂ ਉੱਥੇ ਜਾ ਕੇ ਜਦੋਂ ਜਾਂਦਾ ਤਾਂ ਉਹ ਇਕੱਲੀ ਹੁੰਦੀ ਹੈ ਅਤੇ ਬਾਕੀ ਖੇਤ ਗਏ ਹੁੰਦੇ ਹੈ ਜਾਂ ਉਹਨਾਂ ਦੀ ਜਿਹੜੀ ਸੱਸ ਹੁੰਦੀ ਉਹ ਪਤਾ ਲੈਣ ਗਈ ਹੁੰਦੀ ਹੈ ਪਿੰਡ ਦੇ ਵਿੱਚ। ਤਾਂ ਉਹਨੂੰ ਉਹ ਸਾਰੀ ਗੱਲ ਦੱਸਦਾ, 10 ਰੁਪਿਆਂ ਦਾ ਨੋਟ ਦੇ ਦਿੰਦਾ ਵੀ ਮੇਰੀ ਹਰਨਾਮੀ ਨਾਲ ਗੱਲ ਕਰਵਾ ਦੇ। ਕਾਂਡ ਨੰਬਰ 7, ਅਰਜੁਨ ਕੇ ਘਰ ਦੇ ਪਿੱਛੇ ਇੱਕ ਬੈਠਕ ਬਣੀ ਹੋਈ ਸੀ ਜਿੱਥੇ ਕੋਈ ਵੀ ਨਹੀਂ ਆਉਂਦਾ ਸੀ। ਸ਼ਿਆਮੋ ਨੇ ਅਰਜੁਨ ਅਤੇ ਹਰਨਾਮੀ ਦੀ ਆਪਸ ਦੇ ਵਿੱਚ ਗੱਲ ਕਰਵਾ ਦਿੱਤੀ ਅਤੇ ਜਦੋਂ ਸਵੇਰੇ ਜੰਗਲ ਪਾਣੀ ਜਾਂਦੀ ਹਰਨਾਮੀ ਤਾਂ ਉਹ ਅਰਜੁਨ ਕੋਲ ਉਸ ਬੈਠਕ ਦੇ ਵਿੱਚ ਚਲੀ ਜਾਂਦੀ ਅਤੇ ਨਾਲ ਦੀ ਨਾਲ ਹੀ ਕੁਛ ਟਾਈਮ ਬਾਅਦ ਉਹ ਮੂੰਹ 'ਚ ਪਾ ਕੇ ਉੱਥੇ ਆ ਜਾਂਦੇ। ਤਾਂ ਉਹਨਾਂ ਨੂੰ ਉੱਥੇ ਕੋਈ ਨਾ ਦੇਖਦਾ ਅਤੇ ਹੌਲੀ ਹੌਲੀ ਹਰਨਾਮੀ ਸ਼ਿਆਮੋ ਕੋਲ ਅਤੇ ਅਰਜਨ ਦੀ ਭਰਜਾਈ ਬੰਤੋ ਦੇ ਘਰ ਵੀ ਗੇੜਾ ਮਾਰਨ ਲੱਗ ਜਾਂਦੀ ਅਤੇ ਬੰਤੋ ਦੇ ਮੁੰਡੇ ਨੂੰ ਉਹ ਬਹੁਤ ਪਿਆਰ ਕਰਦੇ, ਉਹਨੂੰ ਆਪਣੇ ਘਰ ਵੀ ਲੈ ਜਾਂਦੀ ਅਤੇ ਉਹਨੂੰ ਘਿਓ ਨਾਲ ਕੁੱਟ ਕੇ ਵਧੀਆ ਸ਼ੱਕਰ ਦੀ ਚੂਰੀ ਖਵਾਉਂਦੀ। ਅਤੇ ਦੂਜੇ ਪਾਸੇ ਦੁੱਲਾ ਵੀ ਤੀਜੇ ਚੌਥੇ ਦਿਨੀ ਹਰਨਾਮੀ ਕੇ ਘਰ ਆ ਜਾਂਦਾ, ਉੱਥੇ ਗੇੜਾ ਮਾਰਦਾ ਅਤੇ ਜਦ ਹਰਨਾਮੀ ਪੇਕੇ ਜਾਂਦੀ ਤਾਂ ਉਹਨੂੰ ਉੱਥੇ ਮਿਲਣ ਆ ਜਾਂਦਾ। ਪਰ ਹੁਣ ਪਹਿਲਾਂ ਵਾਂਗ ਹਰਨਾਮੀ ਉਹਦਾ ਮੂੰਹ ਨਹੀਂ ਕਰਦੀ ਸੀ ਅਤੇ ਉਹਨੂੰ ਵੀ ਉਹ ਚੀਜ਼ ਮਹਿਸੂਸ ਹੋਣ ਲੱਗ ਪਈ। ਫਿਰ ਜਦੋਂ ਹਰਨਾਮੀ ਦੁੱਲੇ ਤੋਂ ਪੂਰੀ ਤਰ੍ਹਾਂ ਅੱਕ ਗਈ ਅਤੇ ਉਹਨੇ ਅਰਜੁਨ ਨੂੰ ਸਾਰੀ ਗੱਲਬਾਤ ਦੱਸਤੀ ਕਿ ਸਾਡੇ ਪਿੰਡ ਇੱਕ ਦੁੱਲਾ ਨਾਂ ਦਾ ਚੋਰ ਹੈ, ਤਾਂ ਉਸ 'ਤੇ ਨਿਗ੍ਹਾ ਰੱਖਣ ਲੱਗ ਗਿਆ ਅਰਜੁਨ। ਤਾਂ ਇੱਕ ਦਿਨ ਜਦੋਂ ਦੁੱਲਾ ਹਰਨਾਮੀ ਦੇ ਸਹੁਰੇ ਪਿੰਡ ਆਇਆ ਤਾਂ ਅਰਜੁਨ ਨੇ ਵੇਖ ਲਿਆ, ਤਾਂ ਉੱਥੇ ਉਹਨਾਂ ਦੀ ਆਪਸ ਦੇ ਵਿੱਚ ਜੱਫਾ ਪੈ ਗਿਆ, ਪੂਰੀ ਲੜਾਈ ਹੋ ਗਈ। ਪਰ ਚੋਰ ਨੇ ਕਿਉਂਕਿ ਉਹਦੇ ਖੁਰਾਕਾਂ ਖਾਧੀਆਂ ਹੋਈਆਂ ਸੀ, ਉਹਦੇ ਵਿੱਚ ਪੂਰਾ ਜ਼ੋਰ ਸੀ, ਤਾਂ ਉਹਨੇ ਦੁੱਲੇ ਨੇ ਅਰਜੁਨ ਨੂੰ ਢਾਹ ਲਿਆ। ਪਰ ਪਿੰਡ ਬਗਾਨਾ ਸੀ ਤਾਂ ਕਰਕੇ ਦੁੱਲਾ 2-3 ਮੁੱਕੀਆਂ ਉਹਦੇ ਮਾਰ ਕੇ ਉੱਥੋਂ ਭੱਜ ਗਿਆ। ਫਿਰ ਉਹ ਕਦੇ ਵੀ ਹਰਨਾਮੀ ਦੇ ਨਾਲ ਘਰ ਆਇਆ ਅਤੇ ਨਾ ਹੀ ਉਹਨੂੰ ਉੱਥੇ ਪੇਕੇ ਮਿਲਣ ਜਾਂਦਾ। ਅਤੇ ਅਰਜੁਨ ਨੇ ਸਾਰੀ ਗੱਲਬਾਤ ਹਰਨਾਮੀ ਨੂੰ ਦੱਸਤੀ ਵੀ ਹੁਣ ਉਹ ਕਦੇ ਵੀ ਚੋਰ ਪਿੰਡ ਨਹੀਂ ਆਏਗਾ। ਹੁਣ ਹੌਲੀ ਹੌਲੀ ਜਦੋਂ ਹਰਨਾਮੀ ਅਤੇ ਸ਼ਿਆਮੋ ਜਦੋਂ ਮੇਲੇ 'ਤੇ ਵੀ ਜਾਂਦੀਆਂ ਤਾਂ ਉਸ ਦਿਨ ਵੀ ਉਸ ਰਾਤ ਨੂੰ ਵੀ ਉਹ ਮਿਲਦੀਆਂ, ਜਦੋਂ ਕਿ ਪਹਿਲੇ ਦੂਜੇ ਕਾਂਡਾਂ ਦੇ ਵਿੱਚ ਆਪਾਂ ਨੇ ਪੜ੍ਹਿਆ। ਹੁਣ ਅਰਜਨ, ਸ਼ਿਆਮੋ ਅਤੇ ਹਰਨਾਮੀ ਤਿੰਨਾਂ ਦੀ ਇਕੱਠਿਆਂ ਦੀ ਖਿਚੜੀ ਰਿਸਦੀ ਰਹਿੰਦੀ। ਹੁਣ ਪਹਿਲਾਂ ਸ਼ਿਆਮੋ ਦਾਰੂ ਪੀਂਦੀ ਸੀ ਅਤੇ ਉਹਨੇ ਹੌਲੀ ਹੌਲੀ ਹਰਨਾਮੋ ਨੂੰ ਵੀ ਮੀਟ ਖਾਣ ਅਤੇ ਸ਼ਰਾਬ 'ਤੇ ਲਾ ਦਿੱਤਾ ਅਤੇ ਜਦੋਂ ਮੇਲੇ 'ਤੇ ਜਾਂਦੀ ਤਾਂ ਉਸ ਰਾਤ ਵੀ ਹਰਨਾਮੀ ਅਰਜੁਨ ਦੇ ਨਾਲ ਹੀ ਰੁਕ ਜਾਂਦੀ ਅਤੇ ਘਰ ਆ ਕੇ ਕੋਈ ਨਾ ਕੋਈ ਬਹਾਨਾ ਬਣਾ ਦਿੰਦੇ। ਬੁੜੀਆਂ ਵਿੱਚ ਹੁੰਦੀ ਹੁੰਦੀ ਗੱਲ ਬੰਤੂ ਕੋਲ ਪਹੁੰਚ ਗਈ ਤਾਂ ਉਹਨੇ ਪਹਿਲਾਂ ਤਾਂ ਸ਼ਿਆਮੋ ਦੇ ਘਰ ਜਾ ਕੇ ਸੁਣਾਈਆਂ, ਫਿਰ ਉਹ ਹਰਨਾਮੋ ਦੇ ਘਰ ਚਲੀ ਗਈ। ਤਾਂ ਹਰਨਾਮੀ ਨੂੰ ਉਹਨੇ ਕਿਹਾ ਵੀ ਤੂੰ ਉੱਥੇ ਜਾ ਕੇ ਹੱਡ ਖਾਨੀ ਹੈ, ਤੂੰ ਮੂਤ ਪੀਨੀ ਹੈ, ਤੂੰ ਬੰਦਾ ਖਾ ਗਈ, ਉਹਨੂੰ ਪੂਰੀਆਂ ਸੁਣਾਉਣ ਲੱਗ ਗਈ। ਤਾਂ ਇਹ ਸੁਣ ਕੇ ਹਰਨਾਮੀ ਵੀ ਤੱਤੀ ਹੋ ਗਈ ਤਾਂ ਉਹਨੇ ਵੀ ਆਖਿਆ ਵੀ ਤੂੰ 2-2 ਬੰਦੇ ਖਾਨੀ ਹੈ। ਤਾਂ ਜਦੋਂ ਉਹਨਾਂ ਦੋਵਾਂ ਦਾ ਪੂਰਾ ਜਲੂਸ ਨਿਕਲ ਗਿਆ ਤਾਂ ਪ੍ਰੀਤਮ ਦੀ ਮਾਂ ਉਹਨਾਂ ਦੀ ਲੜਾਈ ਮਿਟਾਉਣ ਦੇ ਲਈ ਆਈ ਅਤੇ ਉਹਨੇ ਹਰਨਾਮ ਨੂੰ ਧੱਕਾ ਮਾਰ ਕੇ
ਉਹਦਾ ਬਾਹਰੋਂ ਗੇਟ ਬੰਦ ਕਰਤਾ ਅਤੇ ਬੰਤੂ ਨੂੰ ਉਹ ਘਰ ਲੈ ਕੇ ਚਲੀ ਗਈ। ਬੰਤੂ ਨੂੰ ਇਸ ਗੱਲ ਦਾ ਗੁੱਸਾ ਨਹੀਂ ਸੀ ਕਿ ਉਹ ਪੈਸੇ ਖਾਂਦੀ ਅਰਜੁਨ ਤੋਂ, ਉਹਨੂੰ ਇਸ ਗੱਲ ਦਾ ਗੁੱਸਾ ਸੀ ਕਿ ਉਹਨੇ ਅਰਜੁਨ ਨੂੰ ਖੋਲਿਆ ਉਹ ਤੋਂ। ਗੁੱਸੇ ਦੇ ਵਿੱਚ ਬੰਤੂ ਨੇ ਅਰਜੁਨ ਦੀ ਉਹ ਜਿਹੜੀ ਬਾਹਰਲੀ ਬੈਠਕ ਸੀ ਉਸਨੂੰ ਵੀ ਜਿੰਦਾ ਮਾਰ ਦਿੱਤਾ। ਹੁਣ ਉਹਨਾਂ ਦਾ ਦੋਵਾਂ ਦਾ ਉੱਥੇ ਮਿਲਣਾ ਬੰਦ ਹੋ ਗਿਆ। ਫਿਰ ਅਰਜੁਨ ਸ਼ਾਮੋ ਦੇ ਘਰ ਮਿਲਣ ਲੱਗਿਆ ਅਤੇ ਕੁਛ ਦਿਨਾਂ ਬਾਅਦ ਉੱਥੋਂ ਵੀ ਉਹਨਾਂ ਦਾ ਮਿਲਣਾ ਬੰਦ ਹੋ ਗਿਆ। ਫਿਰ ਅਰਜੁਨ ਹਰਨਾਮੀ ਦੇ ਘਰ ਸਿੱਧਾ ਹੀ ਆਉਣ ਲੱਗ ਪਿਆ ਅਤੇ ਸ਼ਾਮੋ ਨੇ ਗੁੱਸੇ ਦੇ ਵਿੱਚ ਆ ਕੇ, ਕਿਉਂਕਿ ਉਹਨੂੰ ਦਾਰੂ ਮਿਲਣੋਂ ਬੰਦ ਹੋ ਗਈ ਸੀ, ਤਾਂ ਉਹਨੇ ਗਿੰਦਰ ਦੇ ਕੰਨ ਭਰਤੇ ਤਾਂ ਗਿੰਦਰ ਘਰ ਦੇ ਵਿੱਚ ਚੁਕੰਨਾ ਹੋ ਗਿਆ, ਉਹ ਘਰ ਦੇ ਵਿੱਚ ਗੇੜੇ ਮਾਰਨ ਲੱਗਿਆ ਤਾਂ ਅਰਜੁਨ ਅਤੇ ਹਰਨਾਮੀ ਦਾ ਮਿਲਣਾ ਉੱਥੇ ਵੀ ਬੰਦ ਹੋ ਗਿਆ। ਫਿਰ ਇੱਕ ਦਿਨ ਹਰਨਾਮੀ ਪਰਾਗਦਾਸ ਦੇ ਡੇਰੇ 'ਤੇ ਗਈ। ਪਰਾਗਦਾਸ ਬਾਬੇ ਨੂੰ ਆਏ 10-12 ਸਾਲ ਹੋ ਗਏ ਸੀ। ਉਹਦੀ ਇਹ ਪਿੰਡ ਦੇ ਵਿੱਚ ਖੂਬ ਚੜ੍ਹਾਈ ਸੀ। ਪਿੰਡ ਵਿੱਚ ਲੁਕਮੀਆਂ ਗੱਲਾਂ ਤਾਂ ਇਹ ਵੀ ਹੁੰਦੀਆਂ ਸੀ ਕਿ ਪਰਾਗਦਾਸ ਦੂਰ ਆਪਣੇ ਪਿੰਡ ਕਾਨਗੜ ਵਿੱਚ ਆਪਣੇ ਭਤੀਜਿਆਂ ਨੂੰ ਪਾਲ ਰਿਹਾ। ਕਾਨਗੜ ਬਰੇਟਾ ਮੰਡੀ ਕੋਲ ਇੱਕ ਛੋਟਾ ਜਿਹਾ ਪਿੰਡ ਸੀ, ਪਰਾਗਦਾਸ ਉੱਥੋਂ ਦਾ ਸੀ। ਉਹ ਜੱਟਾਂ ਦੇ ਘਰ ਉਹਦਾ ਜਨਮ ਹੋਇਆ ਸੀ। ਪਰਾਗਦਾਸ ਦਾ ਬਚਪਨ ਦਾ ਨਾਂ ਚੰਦਾ ਸਿੰਘ ਸੀ ਅਤੇ ਜਦੋਂ ਉਹ ਫੌਜ ਦੇ ਵਿੱਚ ਭਰਤੀ ਹੋਇਆ ਤਾਂ ਉੱਥੋਂ ਉਸਦੀਆਂ ਟ੍ਰੇਨਿੰਗ ਦੀਆਂ ਮੁਸ਼ਕਲਾਂ ਨਹੀਂ ਝੱਲੀਆਂ ਗਈਆਂ ਅਤੇ ਭਗੌੜਾ ਹੋ ਗਿਆ। ਫਿਰ ਉਸਨੂੰ ਪੁਲਿਸ ਭਾਲਦੀ ਫਿਰਦੀ ਤਾਂ ਪਿੰਡ ਦੇ ਵਿੱਚ ਵੀ ਕਈ ਵਾਰ ਉਹਨੂੰ ਗੇੜੇ ਮਾਰਦੀ ਕਾਨਗੜ ਦੇ ਵਿੱਚ। ਫਿਰ ਉੱਥੋਂ ਉਹ ਸਾਧ ਬਣ ਜਾਂਦਾ ਜਾ ਕੇ ਅਤੇ ਸਾਧ ਬਣ ਕੇ ਦੁਬਾਰੇ ਇਸ ਪਿੰਡ ਦੇ ਵਿੱਚ ਆ ਜਾਂਦਾ ਅਤੇ ਹੁਣ ਉਹ ਆਪਦੇ ਪਿੰਡ ਦੇ ਵਿੱਚ ਆ ਕੇ ਆਪਦੀ ਭਾਬੀ ਨੂੰ ਦੱਸਦਾ ਕਿ ਮੈਂ ਆਪਦੇ ਦੋ ਭਤੀਜੇ ਅਤੇ ਭਤੀਜਿਆਂ ਦੀ ਪਰਵਰਿਸ਼ ਮੈਂ ਕਰਾਂਗਾ। ਤਾਂ ਉੱਡਦੀ ਉੱਡਦੀ ਗੱਲ ਇਹ ਸੀ ਕਿ ਉੱਥੋਂ ਦਾ ਪੈਸਾ ਉਹ ਕਾਨਗੜ ਪਿੰਡ ਆਪਣੀ ਭਾਬੀ ਕੋਲ ਪਹੁੰਚਾਉਂਦਾ ਸੀ, ਕਿਉਂਕਿ ਉਹਦਾ ਭਾਈ ਦੀ ਤਾਂ ਮੌਤ ਹੋ ਚੁੱਕੀ ਸੀ। ਨੰਬਰ 9 ਅਤੇ 10, ਪਰਾਗਦਾਸ ਦੇ ਧੂਣੇ ਤੋਂ ਇੱਕ ਇੱਕ ਕਰਕੇ ਸਾਰੀਆਂ ਬੁੜੀਆਂ ਚਲੀਆਂ ਗਈਆਂ ਅਤੇ ਇਕੱਲੀ ਹਰਨਾਮੀ ਰਹਿ ਗਈ। ਫਿਰ ਬਾਬੇ ਨੇ ਪੁੱਛਿਆ ਕਿ ਬੇਟਾ ਤੁਸੀਂ ਕੀ ਕਰਨ ਆਏ ਹੋ, ਤਾਂ ਹਰਨਾਮੀ ਨੇ ਸਾਰੀ ਗੱਲਬਾਤ ਦੱਸੀ। ਤਾਂ ਬਾਬੇ ਪਰਾਗਦਾਸ ਨੇ ਕਿਹਾ ਕਿ ਤੂੰ ਮਹੰਤ ਨੂੰ ਮਿਲ। ਤਾਂ ਮਹੰਤ ਨੂੰ ਮਿਲਣ ਤੋਂ ਬਾਅਦ ਉਹਨੇ ਉਸਨੂੰ ਵੀ ਸਾਰੀ ਗੱਲਬਾਤ ਦੱਸਤੀ ਕਿ ਗਿੰਦਰ ਇੱਦਾਂ ਇੱਦਾਂ ਕਰਦਾ, ਕਿਉਂਕਿ ਹੁਣ ਉਹਦਾ ਜਿਹੜਾ ਸਹੁਰਾ ਉਹ ਤਾਂ ਮਰ ਚੁੱਕਿਆ ਸੀ, ਉਸ ਤੋਂ ਬਾਅਦ ਉਹੀ ਹਰਕਤਾਂ ਗਿੰਦਰ ਕਰਨ ਲੱਗ ਗਿਆ। ਤਾਂ ਮਹੰਤ ਚਰਨਦਾਸ ਨੇ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਉਹਨੂੰ ਆਖਿਆ ਕਿ ਕੱਲ੍ਹ ਸ਼ਾਮੀ ਆਈ। ਤਾਂ ਜਦੋਂ ਉਹ ਡੇਰੀ ਤੋਂ ਨਿਕਲੀ ਉਸ ਤੋਂ ਬਾਅਦ ਉਹਨੂੰ ਅਰਜੁਨ ਮਿਲਿਆ ਤਾਂ ਅਰਜੁਨ ਨੂੰ ਸਾਰੀ ਗੱਲ ਦੱਸੀ ਹਰਨਾਮੀ ਨੇ। ਫਿਰ ਅਰਜੁਨ ਨੇ ਆਖਿਆ ਕਿ ਕਰਦੇ ਹਾਂ ਕੋਈ ਨਾ ਉਹਦਾ ਹੱਲ। ਤਾਂ ਅਰਜੁਨ ਡੇਰੇ ਦੇ ਵਿੱਚ ਆ ਜਾਂਦਾ ਅਤੇ ਮਹੰਤ ਚਰਨਦਾਸ ਨੂੰ ਸਾਰੀ ਗੱਲਬਾਤ ਦੱਸਦਾ ਅਤੇ ਨਾਲ ਹੀ 100 ਰੁਪਇਆ ਫੜਾ ਦਿੰਦਾ। ਅਤੇ ਜਦੋਂ ਅਗਲੇ ਦਿਨ ਹਰਨਾਮੀ ਆਉਂਦੀ ਹੈ ਤਾਂ ਮਹੰਤ ਚਰਨਦਾਸ ਉਹਨੂੰ ਭਭੂਤੀ ਦੇ ਦਿੰਦਾ ਅਤੇ ਇੱਕ ਦਵਾਈ ਪੀਣ ਨੂੰ ਦੇ ਦਿੰਦਾ ਕਿ ਇਹ ਜਾ ਕੇ ਗਿੰਦਰ ਨੂੰ ਪਿਆ ਦੇਵੀ ਅਤੇ ਨਾਲੇ ਉਹਦੇ ਮੰਜਿਆਂ ਦੇ ਜਿਹੜੇ ਪਾਵੇ ਨੇ ਉਹਨਾਂ 'ਤੇ ਇਹ ਰਾਖ ਦੇ ਟਿੱਕੇ ਲਗਾ ਦੇਈ। ਤਾਂ ਹਰਨਾਮੀ ਉੱਦਾਂ ਹੀ ਕਰਦੀ ਹੈ ਅਤੇ ਉਹ ਖਾਣ ਤੋਂ ਬਾਅਦ ਉਹ ਪੀਣ ਤੋਂ ਬਾਅਦ ਤਾਂ ਗਿੰਦਰ ਚੁੱਪ ਚੁੱਪ ਰਹਿਣ ਲੱਗ ਜਾਂਦਾ। ਉਹ ਪਾਗਲ ਵਰਗਾ ਹੋ ਜਾਂਦਾ, ਹੁਣ ਖੇਤੀ ਦਾ ਵੀ ਕੰਮ ਛੱਡ ਦਿੰਦਾ ਅਤੇ ਹਰਨਾਮੀ ਦੇ ਪਿੰਡ ਹੰਡਿਆਏ ਤੋਂ ਹੀ ਆ ਕੇ ਉਹਦਾ ਭਾਈ ਆਉਂਦਾ, ਕਦੇ ਭਤੀਜਾ ਆਉਂਦਾ, ਉਹੀ ਖੇਤ ਸੰਭਾਲਣ ਲੱਗ ਜਾਂਦੇ ਨੇ ਅਤੇ ਹੌਲੀ ਹੌਲੀ ਗਿੰਦਰ ਬਿਲਕੁਲ ਪਾਗਲ ਹੋ ਜਾਂਦਾ। ਅਤੇ ਇੱਕ ਦਿਨ ਨੈ ਸੂਏ 'ਤੇ ਡਿੱਗਿਆ ਪਿਆ ਹੁੰਦਾ ਜਿੱਥੇ ਨਾਜਰ ਉਹਨੂੰ ਉਠਾਉਂਦਾ ਅਤੇ ਪਾਣੀ ਦੇ ਛਿੱਟੇ ਮਾਰ ਕੇ ਉਹਨੂੰ ਘਰ ਲੈ ਜਾਂਦਾ ਛੱਡਣ। ਤਾਂ ਉੱਥੇ ਜਾ ਕੇ ਉਹਨੂੰ ਬਿਠਾ ਦਿੰਦਾ ਅਤੇ ਜਦੋਂ ਹਰਨਾਮੀ ਨੂੰ ਕਹਿੰਦਾ ਵੀ ਤੂੰ ਜੇ ਰੰਨ ਬਣਨਾ ਕਿਸੇ ਦੀ ਸਿੱਧੀ ਬਣ ਜਾ, ਤੂੰ ਕਿਉਂ ਇੱਦਾਂ ਕਰਦੀ ਹੈ, ਵੀ ਤੂੰ ਇਹਨੂੰ ਕਿਉਂ ਨਹੀਂ ਸਾਂਭਦੀ। ਤਾਂ ਹਰਨਾਮੀ ਉਹਨੂੰ ਬੋਲਦੀ ਹੈ ਕਿ ਨਹੀਂ ਦਿਓਰਾ, ਨਾਜਰ ਜੇ ਰੰਨ ਬਣਨਾ ਮੈਂ ਤੇਰੀ ਬਣ ਜੂੰ, ਤੂੰ ਬਣਾਉਣ ਵਾਲਾ ਬਣ। ਤਾਂ ਉਹ ਇੱਦਾਂ ਦੀ ਹੁਣ ਸਿੱਧੀ ਹੋ ਜਾਂਦੀ ਹੈ ਅਤੇ ਨਾਜਰ ਨੂੰ ਕਹਿੰਦੀ ਹੈ ਕਿ ਗਿੰਦਰ ਅੱਜ ਮਰਿਆ ਕੱਲ੍ਹ ਮਰਿਆ ਮੈਨੂੰ ਇਹਦਾ ਕੋਈ ਭਾਅ ਨਹੀਂ, ਇਹਨੇ ਮੈਨੂੰ ਤਪਾ ਰੱਖਿਆ। ਕਿਉਂਕਿ ਹੁਣ ਗਿੰਦਰ ਬਿਲਕੁਲ ਹੀ ਪਾਗਲ ਹੋ ਜਾਂਦਾ, ਉਹਨੂੰ ਘਰ ਦਾ ਕੋਈ ਸੁੱਧ ਬੁੱਧ ਨਹੀਂ ਹੁੰਦੀ, ਨਾ ਉਹਨੂੰ ਹਰਨਾਮੀ ਬਾਰੇ, ਨਾ ਉਹਨੂੰ ਕੰਮ ਕਾਰ ਬਾਰੇ, ਨਾ ਹੀ ਉਹਨੂੰ ਕੋਈ ਲੋਕ ਲੱਜ ਬਾਰੇ। ਕਦੇ ਉਹ ਗਾਣੇ ਸੁਣਾਉਣ ਲੱਗ ਜਾਂਦਾ, ਕਦੇ ਕੁਛ ਸੁਣਾਉਣ ਲੱਗ ਜਾਂਦਾ, ਜਵਾਕ ਉਹਨੂੰ ਦੇਖ ਦੇਖ ਕੇ ਹੱਸਦੇ ਨੇ। 11 ਅਤੇ 12, ਨਾਜਰ ਕਈ ਦਿਨਾਂ ਤੱਕ ਸੋਚਦਾ ਰਿਹਾ, ਉਸਦੇ ਦਿਮਾਗ ਦੇ ਵਿੱਚ ਹਰਨਾਮੀ ਹੀ ਚੱਲਦੀ ਰਹੀ। ਨਾਜਰ ਭੇਡਾਂ ਦਾ ਕੰਮ ਕਰਦਾ ਸੀ ਅਤੇ ਜੱਟ ਹੋਣ ਕਰਕੇ ਭੇਡਾਂ ਦਾ ਕੰਮ ਕਰਨ 'ਤੇ ਉਹਨੂੰ ਕੋਈ ਸਾਖ ਨਹੀਂ ਹੋਇਆ ਸੀ ਅਤੇ ਉਹਦੇ ਕੋਲ ਜ਼ਮੀਨ ਵੀ ਘੱਟ ਸੀ। ਫਿਰ ਉਸਨੇ ਸੋਚਿਆ ਵੀ ਕੀ ਹਰਨਾਮੀ ਸੱਚ ਬੋਲਦੀ ਸੀ, ਵੀ ਉਹ ਮੇਰੇ ਨਾਲ ਸੱਚੀ ਵੱਸ ਜੂਗੀ ਆ ਕੇ। ਤਾਂ ਉਹ ਗੱਲ ਪੱਕੀ ਕਰਨ ਦਾ ਮਾਰਾ ਉਹ ਹਰਨਾਮੀ ਦੇ ਘਰ ਚੱਲ ਜਾਂਦਾ ਅਤੇ ਜਾ ਕੇ ਹਰਨਾਮੀ ਨੂੰ ਜਦੋਂ ਉਹ ਗੱਲ ਦੱਸਦਾ ਸਾਰੀ ਕਿ ਤੂੰ ਪੱਕੀ ਹੈ, ਤਾਂ ਹਰਨਾਮੀ ਉਹਨੂੰ ਕਹਿ ਦਿੰਦੀ ਹੈ ਵੀ ਜੇ ਤੂੰ ਮੈਨੂੰ ਵਸਾਏਗਾ ਤਾਂ ਮੈਂ ਪੱਕੀ ਹਾਂ, ਅਰਜਨ ਤਾਂ ਮੇਰਾ ਸਿਰਫ ਮਾਸ ਚੂੰਡਦਾ, ਮੈਂ ਜਦੋਂ ਉਹਨੂੰ ਕਹਿੰਦੀ ਹਾਂ ਵੀ ਤੂੰ ਮੈਨੂੰ ਵਸਾ ਲੈ ਆਪਦੇ ਘਰ ਲੈ ਜਾ, ਤਾਂ ਉਹ ਲੈ ਕੇ ਨਹੀਂ ਜਾਂਦਾ, ਜੇ ਤੂੰ ਹੀ ਕੰਮ ਕਰੇਗਾ ਮੈਂ ਤੇਰੇ ਵਸ ਜੂੰਗੀ। ਇਹ ਗੱਲ ਅਰਜੁਨ ਨੂੰ ਕਿਤੋਂ ਪਤਾ ਲੱਗ ਜਾਂਦੀ ਹੈ ਤਾਂ ਉਹ ਇਹ ਚੀਜ਼ ਦਾ ਪੱਕਾ ਕਰਨ ਦਾ ਮਾਰਾ ਹਰਨਾਮੀ ਦੇ ਘਰ ਚੱਲ ਜਾਂਦਾ ਅਤੇ ਹਰਨਾਮੀ ਨੂੰ ਜਦੋਂ ਉਹ ਪੁੱਛਦਾ ਤਾਂ ਉਹ ਕੁਛ ਨਹੀਂ ਦੱਸਦੀ। ਫਿਰ ਉਹ ਦੋਵੇਂ ਹੀ ਪੈੱਗ ਲਾਉਣ ਲੱਗ ਜਾਂਦੇ ਨੇ ਤਾਂ ਸਰੂਰ ਦੇ ਵਿੱਚ ਉਹ ਹਰਨਾਮੀ ਨੂੰ ਫਿਰ ਪੁੱਛਦਾ ਤਾਂ ਹਰਨਾਮੀ ਕਹਿ ਦਿੰਦੀ ਹੈ ਕਿ ਤੈਂ ਇਕੱਲੇ ਨੇ ਠੇਕਾ ਲਿਆ ਮੇਰਾ,
ਤਾਂ ਤੂੰ ਮੈਨੂੰ ਬਸਾਉਂਦਾ ਤਾਂ ਹੈ ਨਹੀਂ, ਜਦੋਂ ਵੀ ਮੈਂ ਤੈਨੂੰ ਕਹਿੰਦੀ ਹਾਂ ਕਿ ਤੂੰ ਆਪਦੇ ਘਰ ਲੈ ਜਾ, ਤੂੰ ਤੂੰ ਮੈਨੂੰ ਲਿਆਉਂਦਾ ਨਹੀਂ ਹੈਗਾ। ਤਾਂ ਉਹ ਇਹ ਗੱਲ ਸੁਣ ਕੇ ਅਰਜਨ ਨੂੰ ਗੁੱਸਾ ਆਉਂਦਾ, ਤਾਂ ਉਹ ਥੱਪੜ ਮਾਰ ਦਿੰਦਾ ਉਹਦੇ। 8, 13, 14, 15 ਅਰਜਨ ਸਵੇਰੇ ਉੱਠ ਕੇ ਆਪਣੇ ਘਰ ਚਲਿਆ ਜਾਂਦਾ ਅਤੇ ਹਰਨਾਮੀ ਸਿੱਧੀ ਨਾਜਰ ਕੋਲ ਚੱਲ ਜਾਂਦੀ ਹੈ ਅਤੇ ਉਹ ਰਾਤ ਦੀ ਸਾਰੀ ਹੱਡ ਬੀਤੀ ਨਾਜਰ ਨੂੰ ਦੱਸਦੀ ਹੈ ਅਤੇ ਨਾਜਰ ਨੂੰ ਕਹਿੰਦੀ ਹੈ ਵੀ ਕੋਈ ਇਹਦਾ ਹੱਲ ਕਰ। ਤਾਂ ਨਾਜਰ ਉਹਨੂੰ ਕਹਿੰਦਾ ਵੀ ਕੋਈ ਨਾ, ਇਹਦਾ ਹੁਣ ਇਹੋ ਜਿਹਾ ਪੱਕਾ ਹੱਲ ਕਰਾਂਗੇ। ਉਸ ਤੋਂ ਬਾਅਦ ਨਾਜਰ ਆਪਣੇ ਦੋਸਤਾਂ ਕੋਲ ਜਾਂਦਾ ਤਾਂ ਉਹ ਚਾਰੇ ਰਲ ਕੇ ਪਲੈਨਿੰਗ ਬਣਾਉਂਦੇ ਨੇ। ਫਿਰ ਨਾਜਰ ਹਰਨਾਮੀ ਨੂੰ ਦੱਸਦਾ ਕਿ ਤੂੰ ਉਸਨੂੰ ਰਾਤ ਨੂੰ ਬੁਲਾ ਲਈ ਅਰਜਨ ਨੂੰ ਅਤੇ ਦਾਰੂ ਪਿਆ ਕੇ ਉਹਨੂੰ ਅੱਧੀ ਰਾਤ ਨੂੰ ਉਹਨੂੰ ਕਹਿ ਦੀ ਵੀ ਤੂੰ ਘਰ ਚੱਲ ਜਾਈਂ। ਅੱਗੇ ਉਹ ਚਾਰੇ ਬੰਦੇ ਬੈਠੇ ਹੁੰਦੇ ਨੇ ਤਾਂ ਨਾਜਰ ਦੀ ਪਲੈਨਿੰਗ ਇਹ ਹੁੰਦੀ ਹੈ ਕਿ ਅਰਜਨ ਦੇ ਸੱਟਾਂ ਫੇਟਾਂ ਮਾਰਾਂਗੇ ਤਾਂ ਕਿ ਮੁੜ ਕੇ ਉਹ ਮੰਜੇ ਤੋਂ ਨਾ ਉੱਠ ਸਕੇ। ਪਰ ਚਾਰੇ ਵੀ ਨਸ਼ੇ 'ਚ ਨੇ ਅਤੇ ਚਾਰਾਂ ਨੇ ਉਹਨਾਂ ਦੇ ਸਿਰ 'ਤੇ ਸੱਟਾਂ ਮਾਰੀਆਂ। ਉਸ ਤੋਂ ਬਾਅਦ ਕੀ ਅਰਜਨ ਮਰ ਜਾਂਦਾ। ਉਸ ਤੋਂ ਬਾਅਦ ਸਵੇਰੇ ਪੁਲਿਸ ਆਉਂਦੀ ਹੈ ਅਤੇ ਪੁਲਿਸ ਸਾਰੀ ਛਾਣਬੀਣ ਹੁੰਦੀ ਹੈ। ਜੋ ਪਿੰਡ ਦੇ ਵਿੱਚ 10 ਨੰਬਰੀ ਨੇ ਉਹਨਾਂ ਨੂੰ ਬੁਲਾਇਆ ਜਾਂਦਾ, ਉਹਨਾਂ ਨੂੰ ਪੁੱਛਿਆ ਜਾਂਦਾ ਵੀ ਕੌਣ ਕਤਲ ਹੈ। ਤਾਂ ਉਹਨਾਂ ਦੇ ਵਿੱਚੋਂ ਇੱਕ ਦੱਸਦਾ ਵੀ ਅਸੀਂ ਕੋਈ ਨਹੀਂ, ਪਰ ਇਹ ਅਰਜਨ ਦੀ ਗੱਲਬਾਤ ਹਰਨਾਮੀ ਨਾਲ ਸੀ। ਫਿਰ ਹਰਨਾਮੀ ਨੂੰ ਬੁਲਾਇਆ ਜਾਂਦਾ ਅਤੇ ਉਸ ਤੋਂ ਪੁੱਛਿਆ ਜਾਂਦਾ। ਉਹ ਇਹ ਕਹਿੰਦੀ ਹੈ ਵੀ ਮੇਰੇ ਕੋਲ ਰਾਤ ਨੂੰ ਤਾਂ ਆਇਆ ਸੀ ਪਰ ਮੈਨੂੰ ਨਹੀਂ ਪਤਾ ਇਦੂ ਬਾਅਦ ਕੀ ਹੋਇਆ। ਇੱਧਰੋਂ ਪੁਲਿਸ ਦਾ ਪੂਰਾ ਕਸ ਹੋ ਜਾਂਦਾ। ਫਿਰ ਕੀਚਰ ਨਾਜਰ ਨੂੰ ਕਹਿੰਦਾ ਵੀ ਇਹ ਕਾਤਲ ਜੰਗੀਰੇ ਤੋਂ ਕਬੂਲ ਕਰਵਾਇਆ ਜਾਵੇ ਅਤੇ ਉਹਦਾ ਜਿਹੜਾ ਸਾਰਾ ਖਰਚਾ ਹੈ ਪੈਸਾ ਹੈ ਉਹ ਨਾਜਰ ਚੱਕੇ ਅਤੇ ਨਾਜਰ ਹਰਨਾਮੀ ਤੋਂ ਲਵੇ। 61, 17, 18 ਹਰਨਾਮੀ ਛਿਪਦੀ ਛਪਾਉਂਦੀ ਨਾਜਰ ਕੋਲ ਆਉਂਦੀ ਹੈ ਅਤੇ ਨਾਜਰ ਨਾਲ ਸਾਰੀ ਗੱਲਬਾਤ ਕਰਦੀ ਹੈ ਅਤੇ ਫਿਰ ਸਲਾਹ ਕਰਕੇ ਨਾਜਰ ਉਹਨੂੰ ਦੱਸਦਾ ਕਿ ਜੰਗੀਰ ਇਹ ਆਪਣਾ ਕਤਲ ਮੰਨ ਜਾਏਗਾ ਅਤੇ ਆਪਾਂ ਉਸ 'ਤੇ ਪੈਸੇ ਲਾਵਾਂਗੇ। ਮੈਂ ਆਪਣੀਆਂ 60 ਬੱਕਰੀਆਂ ਵੇਚ ਦੂੰਗਾ ਅਤੇ ਹਰਨਾਮੀ ਕਹਿੰਦੀ ਮੈਂ ਆਪਣੀਆਂ ਟੂਮਾਂ ਵੇਚ ਦੂੰ। ਤਾਂ ਉਹਨਾਂ ਦੀ ਸਲਾਹ ਹੁੰਦੀ ਹੈ ਕਿ ਉਦੋਂ ਬਾਅਦ ਜਿਹੜੇ 2 ਗਵਾਹ ਹੋਣਗੇ ਉਹ ਆਪਣੇ ਆਪ ਮੁੱਕਰ ਜਾਣਗੇ। ਗਵਾਹ ਬਣਦਾ ਨੰਬਰਦਾਰ ਪਾਖਰ ਅਤੇ ਪ੍ਰੀਤਮ ਬਣਦਾ। ਉਸ ਤੋਂ ਬਾਅਦ ਮੁਕੱਦਮਾ ਚੱਲਦਾ। ਉੱਧਰੋਂ ਅਰਜਨ ਦਾ ਭਰਾ ਝੰਡਾ ਵੀ ਜ਼ੋਰ ਲਾਉਂਦਾ ਪਰ ਪੈਸਿਆਂ ਪੱਖੋਂ ਜ਼ੋਰ ਨਹੀਂ ਲਾਉਂਦਾ, ਨਾ ਹੀ ਉਹ ਆਪਣੇ ਨੰਬਰਦਾਰਾਂ ਦੀ ਸੇਵਾ ਕਰਦਾ, ਨਾ ਉਹ ਥਾਣੇ 'ਚ ਸੇਵਾ ਕਰਦਾ। ਨਾਭੇ ਕਚਹਿਰੀਆਂ ਦੇ ਵਿੱਚ ਕੇਸ ਚੱਲਦਾ ਅਤੇ ਉਸ ਤੋਂ ਬਾਅਦ ਸਜ਼ਾ ਬੋਲ ਜਾਂਦੀ ਹੈ। ਨਾਜਰ ਨੂੰ 7 ਸਾਲ ਦੀ ਸਜ਼ਾ ਬੋਲਦੀ ਹੈ, ਹਰਨਾਮੀ ਨੂੰ 2 ਸਾਲ ਦੀ ਸਜ਼ਾ ਬੋਲਦੀ ਹੈ ਅਤੇ ਜੰਗੀਰੇ ਨੂੰ ਬੋਲਦੀ ਹੈ 14 ਸਾਲ ਦੀ ਸਜ਼ਾ। ਦੋਵੇਂ ਹੀ ਧਿਰਾਂ ਨਾ ਖੁਸ਼ ਹੁੰਦੀਆਂ ਨੇ ਕਿਉਂਕਿ ਇੱਧਰੋਂ ਵੀ ਪੈਸਾ ਬਹਾਇਆ ਹੁੰਦਾ ਅਤੇ ਉੱਧਰੋਂ ਝੰਡੇ ਵਾਲੀ ਧਿਰ ਨੂੰ ਇਹ ਲੱਗਦਾ ਵੀ ਨਾਜਰ ਨੂੰ ਅਤੇ ਉਸ ਤੀਵੀਂ ਨੂੰ ਸਜ਼ਾ ਹੋਣੀ ਚਾਹੀਦੀ ਸੀ, ਫਾਂਸੀ ਹੋਣੀ ਚਾਹੀਦੀ ਸੀ। ਉਸ ਤੋਂ ਬਾਅਦ ਦੋਵੇਂ ਧਿਰਾਂ ਡੇਰੇ ਜਾਂਦੀਆਂ ਨੇ, ਪਰਾਗਦਾਸ ਸੰਤ ਕੋਲ ਜਾਂਦੀਆਂ ਨੇ ਅਤੇ ਉਸ ਤੋਂ ਬਾਅਦ ਪ੍ਰੀਤਮ ਹਰਨਾਮੀ ਨੂੰ ਮਿਲਣ ਜੇਲ੍ਹ ਦੇ ਵਿੱਚ ਜਾਂਦਾ ਅਤੇ ਉਹ ਸਾਰਿਆਂ ਦੇ ਹੀ ਸਮਾਨ ਲੈ ਕੇ ਜਾਂਦਾ, ਨਾਜਰ ਦਾ ਵੀ ਅਤੇ ਜੰਗੀਰੇ ਦਾ ਵੀ। ਹਰਨਾਮੀ ਕਾਰਨ ਉਹ ਜਾਂਦਾ ਕਿਉਂਕਿ ਉਹ ਉਸਦੀ ਜ਼ਮੀਨ ਨੂੰ ਵਾਹੁਣਾ ਚਾਹੁੰਦਾ ਹੁੰਦਾ ਅਤੇ ਉਹ ਉੱਥੇ ਜਾ ਕੇ ਸੁਲਾ ਮਾਰਦਾ ਕਿ ਅਸੀਂ ਤੇਰੀ ਮਦਦ ਕਰਾਂਗੇ, ਉਹਦੀ ਮੈਂ ਇਸ ਨੂੰ ਵੀ ਉਹ ਆਪਣੇ ਘਰ ਲੈ ਆਉਂਦਾ। ਤਾਂ ਹਰਨਾਮੀ ਕਹਿੰਦੀ ਹੈ ਵੀ ਤੁਹਾਡੇ ਤੋਂ ਬਿਨਾਂ ਸਾਡਾ ਕੌਣ ਹੈ। ਤਾਂ ਉਸ ਕਰਕੇ ਪ੍ਰੀਤਮ ਉੱਥੇ ਮੁੜ ਆਉਂਦਾ ਅਤੇ ਅੰਦਰੋਂ ਅੰਦਰ ਖੁਸ਼ ਹੁੰਦਾ। 61, 19, 22 ਹਰਨਾਮੀ ਦੀ ਕੈਦ ਖਤਮ ਹੋ ਗਈ ਸੀ ਅਤੇ ਉਹਨੂੰ ਜਦੋਂ ਲੈਣ ਪ੍ਰੀਤਮ ਜਾਂਦਾ ਤਾਂ ਉਹ ਗੱਡੀ 'ਤੇ ਉਹ ਆਉਂਦੀ ਨਹੀਂ, ਇੱਕ ਗੱਡੀ ਦਾ ਹੋਰ ਇੰਤਜ਼ਾਰ ਕਰਦਾ, ਹਰਨਾਮੀ ਉਸ 'ਤੇ ਵੀ ਨਹੀਂ ਆਉਂਦੀ ਅਤੇ ਉਹ ਪਿੰਡ ਚਲਿਆ ਜਾਂਦਾ। ਕੁਛ ਦਿਨਾਂ ਬਾਅਦ ਉਹਨੂੰ ਪਤਾ ਲੱਗਦਾ ਕਿ ਹਰਨਾਮੀ ਤਾਂ ਕੀਤਰ ਹੋਰਾਂ ਨਾਲ ਚੱਲ ਗਈ ਸੀ ਅਤੇ ਕੈਲੂ 'ਤੇ ਉਹਦਾ ਦਿਲ ਆ ਗਿਆ ਸੀ ਅਤੇ ਅੱਗੇ ਉਹਨਾਂ ਨੇ ਉਹਨੂੰ ਫੌਜੀ ਨੂੰ ਵੇਚਤਾ ਸੀ ਕਿਸੇ ਹੋਰ ਪਿੰਡ ਦੇ ਨੂੰ। ਅਤੇ ਇਸ ਤੋਂ ਬਾਅਦ ਪ੍ਰੀਤਮ ਦੀ ਜਿਹੜੀ ਅੱਖ ਸੀ ਉਹ ਹਰਨਾਮੀ ਦੀ ਜ਼ਮੀਨ 'ਤੇ ਸੀ ਅਤੇ ਉਸਨੇ ਨੰਬਰਦਾਰਾਂ ਨਾਲ ਰਲ ਕੇ ਉਹ ਜ਼ਮੀਨ ਆਪਣੇ ਨਾਲ ਕਰਵਾ ਲਈ ਅਤੇ ਉਹਨਾਂ ਤੋਂ ਗਵਾਹੀ ਦਵਾਤੀ ਕਿ ਗਿੰਦਰ ਹੈ, ਉਹਦਾ ਕੋਈ ਪਤਾ ਨਹੀਂ, ਉਹ ਪਾਗਲ ਹੈ। ਅਤੇ ਉਸ ਤੋਂ ਬਾਅਦ ਹਰਨਾਮੀ ਹੈ ਉਹ ਕਿਸੇ ਦੇ ਘਰ ਜਾ ਕੇ ਹੁਣ ਬੱਸ ਚੁੱਕੀ ਹੈ ਅਤੇ ਇਹਨਾਂ ਦਾ ਕੋਈ ਬੱਚਾ ਵੀ ਨਹੀਂ। ਤਾਂ ਸਰੀਕੇ 'ਚੋਂ ਜਿਹੜਾ ਇਹਨਾਂ ਦਾ ਸਕਾ ਲੱਗਦਾ ਸੀ ਉਹ ਪ੍ਰੀਤਮ ਸੀ, ਇਸ ਕਰਕੇ ਪ੍ਰੀਤਮ ਦੇ ਨਾਂ ਉਹਨਾਂ ਦੀ ਜ਼ਮੀਨ ਲੱਗ ਗਈ। ਫਿਰ ਕੁਛ ਸਮੇਂ ਬਾਅਦ ਜਦੋਂ ਨਾਜਰ ਦੀ ਕੈਦ ਪੂਰੀ ਹੋ ਜਾਂਦੀ ਹੈ ਤਾਂ ਉਹ ਛੁੱਟ ਕੇ ਪਿੰਡ ਆਉਂਦਾ ਤਾਂ ਪਿੰਡ ਖੜਕ ਸਿੰਘ ਆ ਕੇ ਦੇਖਦਾ, ਉਹਨੂੰ ਹਰਨਾਮੀ ਬਾਰੇ ਵੀ ਸਾਰਾ ਕੁਝ ਪਤਾ ਲੱਗਦਾ ਤਾਂ ਉਹ ਬੜਾ ਨਿਰਾਸ਼ ਹੁੰਦਾ। ਫਿਰ ਉਹ ਆਪਣੀਆਂ ਭੇਡਾਂ ਦਾ ਕੰਮ ਦੁਬਾਰਾ ਸਟਾਰਟ ਕਰਦਾ, ਸੀਰ ਦਾ ਕਰਨ ਲੱਗ ਜਾਂਦਾ। ਪਰ ਫਿਰ ਉਸਦੇ ਦਿਮਾਗ ਦੇ ਵਿੱਚ ਦੁਬਾਰਾ ਆਉਂਦੀ ਹੈ ਕਿ ਹਰਨਾਮੀ ਕੋਲੋਂ ਇੱਕ ਵਾਰ ਜਾ ਕੇ ਆਵੇ। ਤਾਂ ਹੌਲੀ ਹੌਲੀ ਪੁੱਛਦਾ ਤਾਂ ਉਹ ਫੌਜੀ ਦੇ ਘਰ ਚੱਲ ਜਾਂਦਾ। ਉੱਥੇ ਇੱਕ ਬੰਦਾ ਉਹਨੂੰ ਦੱਸਦਾ ਕਿ ਬੋਤਲ ਲੈ ਜਾ ਅਤੇ ਉੱਥੇ ਕੋਈ ਚੱਕਰ ਨਹੀਂ, ਖੁੱਲ੍ਹ ਖੇਡਾਂ ਨੇ। ਤਾਂ ਨਾਜਰ ਬੋਤਲ ਲੈ ਕੇ ਜਾਂਦਾ, ਉਹ ਫੌਜੀ ਨੂੰ ਡਕਾ ਦਿੰਦਾ ਅਤੇ ਫਿਰ ਹਰਨਾਮੀ ਨੂੰ ਦੱਸ ਦਿੰਦਾ। ਹਰਨਾਮੀ ਨੂੰ ਜਦੋਂ ਪਤਾ ਲੱਗਦਾ ਵੀ ਨਾਜਰ ਹੈ ਤਾਂ ਉਹ ਸਾਰਿਆਂ ਰੋ ਰੋ ਕੇ ਉਹਨੂੰ ਦੱਸਦੀ ਹੈ ਕਿ ਇਹ ਮੈਤੋਂ ਰੰਡੀਆਂ ਵਾਲੇ ਕੰਮ ਕਰਵਾਉਂਦਾ, ਇਹ ਮੇਰੇ ਸਿਰ ਦੀ ਕਮਾਈ ਖਾਂਦਾ, ਤੂੰ ਮੈਨੂੰ ਲੈ ਜਾ ਇੱਥੋਂ।
ਤਾਂ ਨਾਜਰ ਉਹਨੂੰ ਉੱਥੋਂ ਲੈ ਜਾਂਦਾ ਅਤੇ ਆਪਦੇ ਪਿੰਡ ਲੈ ਆਉਂਦਾ। ਫਿਰ ਫੌਜੀ ਆਪਦੇ ਪਿੰਡ ਦੀ ਪੰਚਾਇਤ ਲੈ ਕੇ ਖੜਕ ਸਿੰਘ ਆ ਜਾਂਦਾ। ਪਰ ਇੱਥੇ ਖੜਕ ਸਿੰਘ ਵਾਲੇ ਹਰਨਾਮੀ ਦੀ ਨਾਜਰ ਦੀ ਪੂਰੀ ਸਪੋਰਟ ਕਰਦੇ ਨੇ। ਉਹਨਾਂ ਨੂੰ ਲੱਗਦਾ ਵੀ ਪਿੰਡ ਦਾ ਬੰਦਾ ਅਤੇ ਪਿੰਡ ਦੀ ਨੂੰਹ ਹੈ, ਜੇ ਹੁਣ ਉਰੇ ਆ ਕੇ ਵੱਸ ਗਈ ਤਾਂ ਠੀਕ ਹੈ। ਤਾਂ ਫਿਰ ਉਹ ਇੱਥੇ ਆ ਕੇ ਤਾਂ ਇਹਦੇ ਹੱਕ 'ਚ ਹੀ ਫੈਸਲਾ ਹੁੰਦਾ। ਪੰਚਾਇਤ ਦੇ ਵਿੱਚ ਫੌਜੀ ਕਹਿੰਦਾ ਕਿ ਮੇਰੀਆਂ ਜਿਹੜੀਆਂ ਟੂਮਾਂ ਨੇ ਉਹ ਤਾਂ ਵਾਪਸ ਕਰ ਦਿਉ, ਕਿਉਂਕਿ ਹਰਨਾਮੀ ਉਦੋਂ ਨਾਲ ਹੀ ਲੈ ਆਈ ਸੀ ਜਦੋਂ ਨਾਜਰ ਦੇ ਨਾਲ ਲੈ ਕੇ ਆਈ ਸੀ। ਤਾਂ ਖੜਕ ਸਿੰਘ ਦੀ ਪੰਚਾਇਤ ਕਹਿੰਦੀ ਵੀ ਇਹਨੇ ਆਪਦਾ ਮਾਸ ਵੀ ਖਵਾਇਆ ਲੋਕਾਂ ਨੂੰ, ਤਾਂ ਇਹ ਟੂਮਾਂ ਇਹਦੀਆਂ ਨੇ। ਤਾਂ ਫੌਜੀ ਰੋਂਦਾ ਕਰ ਲੈਂਦਾ, ਉੱਥੋਂ ਚੱਲ ਜਾਂਦਾ। ਉਸ ਤੋਂ ਬਾਅਦ ਹਰਨਾਮੀ ਨਾਜਰ ਦੇ ਘਰ ਹੀ ਰਹਿਣ ਲੱਗ ਜਾਂਦੀ ਹੈ ਅਤੇ ਕਿਸੇ ਦੇ ਮੂੰਹ ਮੱਥੇ ਨਹੀਂ ਲੱਗਦੀ। ਅਤੇ ਜਿਹੜੀਆਂ ਟੂਮਾਂ ਲੈ ਕੇ ਆਏ ਸੀ ਉਹਨਾਂ ਨਾਲ ਉਹਨਾਂ ਨੂੰ ਵੇਚ ਕੇ ਉਹ ਦੁਬਾਰਾ ਜ਼ਮੀਨ ਆਪਦੀ ਛੜਾ ਲੈਂਦੇ ਨੇ ਨਾਜਰ ਵਾਲੀ। ਅਤੇ ਉਸ ਤੋਂ ਬਾਅਦ ਨਾਜਰ ਆਪਣੀਆਂ ਭੇਡਾਂ ਵੀ ਵੇਚ ਦਿੰਦਾ ਅਤੇ ਹੋਰ ਜ਼ਮੀਨ ਕਰਕੇ ਉਹ ਖੇਤੀ ਕਰਨ ਲੱਗ ਜਾਂਦੇ ਨੇ। ਅਤੇ ਉੱਥੇ ਸਹੀ ਤਰੀਕੇ ਨਾਲ ਹਰਨਾਮੀ ਵੱਸ ਜਾਂਦੀ ਹੈ ਇੱਕ ਵਾਰ। ਇੱਥੇ ਪਹਿਲੇ ਭਾਗ ਦੀ ਸਮਾਪਤੀ ਹੁੰਦੀ ਹੈ, ਕਿਉਂਕਿ ਇਹ ਪੂਰੀ ਕਿਤਾਬ ਹੈ ਜਿਹੜੀ ਚਾਰ ਭਾਗਾਂ ਦੇ ਵਿੱਚ ਵੰਡੀ ਹੋਈ ਹੈ। ਭਾਗ ਦੂਜਾ, ਕਾਂਡ 1, 2, 3, ਇਹਦੇ ਵਿੱਚ ਇੱਕ ਹੋਰ ਪਾਤਰ ਦੀ ਐਂਟਰੀ ਹੁੰਦੀ ਹੈ, ਮੱਲਣ। ਮੱਲਣ ਦੇ ਪਰਿਵਾਰ ਦੇ ਵਿੱਚ ਉਹਦਾ ਬੁੱਢਾ ਬਾਪ ਰਸਾਲਦਾਰ ਕਰਮ ਸਿੰਘ, ਪਤਨੀ ਚੰਦ ਕੌਰ, ਦੋ ਵੱਡੀਆਂ ਕੁੜੀਆਂ ਜੀਤੋ ਅਤੇ ਮੀਤੋ, ਉਸ ਤੋਂ ਬਾਅਦ ਮੁੰਡਾ ਬਲਕਾਰ। ਪਿੰਡ ਦੇ ਵਿੱਚ ਹੀ ਗਿੱਲਾਂ ਦੇ ਪ੍ਰਾਹੁਣਾ ਗੁਰਦੇਵ ਨੇ ਵੱਡੀ ਕੁੜੀ ਮੀਤੋ ਦਾ ਸਾਖ ਲਿਆ ਸੀ। ਉਹਨੇ ਆਪਣੇ ਭਰਾ ਦੇ ਸਾਲੇ ਨਾਲ ਉਹਦਾ ਸਾਖ ਕਰਵਾਇਆ ਸੀ ਅਤੇ ਮੁੰਡੇ ਵਾਲੇ ਹੁਣ ਕਾਲ ਕਰ ਰਹੇ ਸੀ ਵਿਆਹ ਲਈ, ਕਿਉਂਕਿ ਉਹਨਾਂ ਦੀ ਬੁੜੀ ਬਿਮਾਰ ਸੀ। ਤਾਂ ਕਰਕੇ ਗੁਰਦੇਵ ਘਰ ਆਉਂਦਾ, ਰਿਸ਼ਤਾ ਲੈ ਕੇ ਆਉਂਦਾ। ਤਾਂ ਮੱਲਣ ਨੂੰ ਫਿਕਰ ਪੈ ਜਾਂਦੀ ਹੈ, ਕਿਉਂਕਿ ਜਦੋਂ ਉਹਨੇ ਵੱਡੀ ਕੁੜੀ ਵਿਆਹੀ ਸੀ ਉਦੋਂ ਵੀ ਹਿੱਤ ਤੋਂ ਵੱਧ ਕੇ ਪੈਸਾ ਲਾਇਆ ਸੀ ਅਤੇ ਸਰੀਕਾਂ ਦੇ ਵਿੱਚ ਆਪਦੀ ਟੌਹਰ ਬਣਾਈ ਸੀ, ਪਰ ਉਹਦੇ ਸਾਰੇ ਪੈਸੇ ਉਹਨੂੰ ਕਰਜ਼ਾ ਵੀ ਲੈਣਾ ਪਿਆ ਸੀ ਅਤੇ ਹੁਣ ਤੱਕ ਅਜੇ ਤੱਕ ਕਰਜ਼ਾ ਨਹੀਂ ਉਤਰਿਆ ਅਤੇ 2000 ਰੁਪਇਆ ਅਜੇ ਵੀ ਬਾਣੀਆਂ ਦਾ ਪਿਆ। ਤਾਂ ਉਹ ਸੋਚ ਰਿਹਾ ਸੀ ਵੀ ਹੁਣ ਇਹ ਕੁੜੀ ਦਾ ਵਿਆਹ ਕਿੱਥੋਂ ਕਰੂਗਾ। ਪਰ ਜਦੋਂ ਉਹ ਰਿਸ਼ਤਾ ਲੈ ਕੇ ਆ ਜਾਂਦਾ ਵੀ ਵਿਆਹ ਮੰਗਦੇ ਨੇ, ਤਾਂ ਫਿਰ ਉਹ ਤੜੀ ਜੀ ਕਰਕੇ ਕਹਿੰਦਾ ਵੀ ਚਲੋ ਜੱਟ ਦੀ ਜ਼ਮੀਨ ਆ, ਜ਼ਮੀਨ ਦੇ ਸਿਰ 'ਤੇ ਇਹ ਕੁੜੀ ਦਾ ਵਿਆਹ ਵੀ ਹੋ ਜੂਗਾ। 4, 5, 6, ਮੱਲਣ ਕੋਲ ਘਰ ਕਣਕ ਨਹੀਂ ਸੀ, ਨਾ ਹੀ ਖਾਣ ਨੂੰ ਅਤੇ ਨਾ ਹੀ ਬੀਜਣ ਨੂੰ। ਫਿਰ ਉਹ ਝੰਡੇ ਕੋਲ ਜਾਂਦਾ ਅਤੇ ਝੰਡੇ ਤੋਂ 6 ਮਣ ਕਣਕ ਲਿਆਂਦਾ ਅਤੇ ਉਹਨੂੰ ਲੱਗਦਾ ਕਿ 10 ਘੁਮਾਉਣ ਦੇ ਲਈ 6 ਮਣ ਕਣਕ ਬਹੁਤ ਹੋਊਗੀ। ਅਤੇ ਨਾਲੇ ਪ੍ਰੀਤਮ ਅਤੇ ਨਾਜਰ ਤੋਂ ਹਲ ਵੀ ਪੁੱਛ ਆਉਂਦਾ ਕਿ ਬੀੜੀ 'ਤੇ ਜਲਦੀ ਕਣਕ ਬੀਜ ਜੂਗੀ। ਤਾਂ ਉਹ ਦੋਵਾਂ ਤੋਂ ਹਲ ਲਿਆਉਂਦਾ ਅਤੇ ਆਥਣ ਤੱਕ ਉਹ ਸਾਰੀ ਕਣਕ ਬੀਜ ਦਿੰਦੇ ਨੇ। ਫਿਰ ਮੱਲਣ ਮੁਕੰਦੀ ਕੋਲ ਜਾਂਦਾ ਜਿਹਦੇ ਤੋਂ ਪਹਿਲਾਂ 2000 ਰੁਪਇਆ ਲੈਤਾ ਹੋਇਆ ਸੀ ਅਤੇ ਫਿਰ 6000 ਦੀ ਹੋਰ ਮੰਗ ਕਰਦਾ ਅਤੇ ਉਹਨੂੰ ਕਹਿੰਦਾ ਵੀ ਮੈਂ ਕੁੜੀ ਦੇ ਵਿਆਹ 'ਤੇ ਸੋਨੇ ਲਈ ਚਾਹੀਦਾ। ਤਾਂ ਬਾਣੀਆਂ ਉਹਨੂੰ ਦੇਣਾ ਮੰਨ ਜਾਂਦਾ ਅਤੇ ਉਹ ਸੁਨਿਆਰੇ ਤੋਂ ਜਾ ਕੇ ਸਾਰਾ ਸੋਨਾ ਲਿਆਉਂਦੇ ਨੇ। ਦੂਜੇ ਪਾਸੇ ਝੰਡੇ ਨੇ ਆਪਣੀ ਦੋਵੇਂ ਕੁੜੀਆਂ ਵਿਆਹ ਦਿੱਤੀਆਂ ਅਤੇ ਨਾਲੇ ਮੁੰਡਾ ਹਰਦਿੱਤ ਵੀ ਵਿਆਹ ਲਿਆ ਅਤੇ ਹੁਣ ਉਹ ਰਾਜਨੀਤੀ ਦੇ ਵਿੱਚ ਵੀ ਪੈਰ ਰੱਖਣ ਲੱਗ ਗਿਆ ਅਤੇ ਕਾਂਗਰਸ ਦੀ ਸਰਕਾਰ ਬਣੀ ਅਤੇ MLA ਝੰਡੇ ਕਾ ਬੰਦਾ ਹੀ ਬਣਿਆ ਅਤੇ ਝੰਡੇ ਨੇ 10 ਕਮਾਂ ਹੋਰ ਖਰੀਦ ਕੇ ਦਿੱਤੀ। ਤਾਂ ਹਰਦਿੱਤ ਵੀ ਆਪਣੇ ਭਾਪੇ ਤੋਂ ਖੁਸ਼ ਸੀ ਅਤੇ ਝੰਡੇ ਦੀ ਹੁਣ ਪਿੰਡ ਦੇ ਵਿੱਚ ਪੂਰੀ ਚੜ੍ਹਾਈ ਸੀ। ਮੱਲਣ ਨੇ 6000 ਲੈ ਕੇ ਬਾਣੀ ਤੋਂ ਸੋਨੇ ਵਾਲਾ ਕੰਮ ਤਾਂ ਨਿਮੇੜ ਲਿਆ ਸੀ, ਤਾਂ ਉਹਨੇ ਹੋਰ ਹਿਸਾਬ ਲਾਇਆ ਕਿ ਬਰਾਤ ਆਊਗੀ, ਕੱਪੜਾ, ਲੀੜਾ, ਤਾਂ ਸਾਰਾ ਉਹਨੇ ਹਿਸਾਬ ਲਾ ਕੇ ਸੋਚਿਆ ਕਿ 8000 ਰੁਪਏ ਦੀ ਹੋਰ ਲੋੜ ਹੈ। ਤਾਂ ਉਹ ਝੰਡੇ ਕੋਲ ਗਿਆ ਅਤੇ ਝੰਡੇ ਨਾਲ 2 ਕਮਾਂ ਦਾ ਸੌਦਾ ਕੀਤਾ ਕਿ 2 ਕਮਾਂ ਉਹਨੇ ਦੇ ਦਿੱਤੀ ਅਤੇ ਨਾਲ ਹੀ ਕਰ ਦੀ ਗੱਲ ਕੀਤੀ। 7 ਤੋਂ ਲੈ ਕੇ 10 ਤੱਕ ਇਸ ਵਿੱਚ ਮੱਲਣ ਜ਼ਮੀਨ ਦੀ ਗੱਲ ਕਰਨ ਤੋਂ ਬਾਅਦ ਆਪਣੇ ਜਦ ਘਰ ਆਉਂਦਾ ਤਾਂ ਆਪਣੀ ਪਤਨੀ ਚੰਦ ਕੌਰ ਨਾਲ ਉਹਦੀ ਬਹਿਸ ਹੁੰਦੀ ਹੈ ਅਤੇ ਦੋਵੇਂ ਇੱਕ ਦੂਜੇ ਨੂੰ ਹੌਂਸਲਾ ਵੀ ਦਿੰਦੇ ਨੇ ਕਿ ਪੈਸਾ ਤਾਂ ਹੱਥਾਂ ਦੀ ਮੈਲ ਹੈ ਅਤੇ ਆਪਾਂ 1-2 ਸਾਲ ਦੇ ਵਿੱਚ ਹੀ ਮਿਹਨਤ ਕਰਕੇ ਛੜਾ ਲਵਾਂਗੇ। ਫਿਰ ਅਗਲੇ ਦਿਨ ਹੀ ਬਾਣੀਆਂ ਕੋਲ ਜਾ ਕੇ ਲਿਖ ਲੁਕਾਈ ਕਰਨ ਤੋਂ ਬਾਅਦ ਉਹ ਪੈਸੇ ਲੈ ਆਉਂਦਾ ਅਤੇ ਜਦੋਂ ਸ਼ਾਮ ਨੂੰ ਆਪਣੇ ਬਾਪੂ ਕੋਲ ਬੈਠਦਾ ਤਾਂ ਗੱਲਾਂ ਚੱਲਦੀਆਂ ਦੇ ਵਿੱਚ ਹੀ ਉਹ ਜ਼ਮੀਨ ਦੀ ਗੱਲ ਦੱਸ ਦਿੰਦਾ ਤਾਂ ਜਿਸ ਤੋਂ ਬਾਅਦ ਬਾਬਾ ਚੁੱਪ ਹੋ ਜਾਂਦਾ ਅਤੇ ਉਸ ਤੋਂ ਬਾਅਦ ਉਹ ਫਿਰ ਨਾ ਰੋਟੀ ਖਾਂਦਾ ਚੱਜ ਨਾਲ ਅਤੇ ਨਾ ਹੀ ਉਹਨਾਂ ਨੂੰ ਕੋਈ ਬੋਲਦਾ ਅਤੇ 1-2 ਦਿਨਾਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਦਾ ਤਾਂ ਬਾਬਾ ਪੂਰਾ ਹੋ ਜਾਂਦਾ। ਜਿਹੜਾ ਕਸੀਦਾ ਕੁੜੀ ਦੇ ਵਿਆਹ ਲਈ ਲਿਆਏ ਹੁੰਦੇ ਨੇ ਤਾਂ ਉਹ ਬਾਬੇ ਦੇ ਮਕਾਨ ਦੇ ਲਈ ਲੱਗ ਜਾਂਦਾ ਅਤੇ ਉੱਥੇ ਵੀ ਮੱਲਣ ਸੋਚਦਾ ਵੀ ਮੇਰੀ ਪੂਰੀ ਚੜ੍ਹਾਈ ਹੋਣੀ ਚਾਹੀਦੀ ਹੈ, ਜ਼ਮੀਨ ਦਾ ਕੀ ਹੈ, ਪੈਸੇ ਦਾ ਕੀ ਹੈ, ਤਾਂ ਮਿਹਨਤ ਨਾਲ ਬਣ ਜੂਗੀ। ਇਸ ਗੱਲ ਕਰਕੇ ਕੁੜੀ ਦਾ ਵਿਆਹ 2 ਮਹੀਨੇ ਲੇਟ ਕਰ ਦਿੱਤਾ ਜਾਂਦਾ। ਫਿਰ ਜਦੋਂ ਵਿਆਹ ਦੇ ਦਿਨ ਨੇੜੇ ਆ ਜਾਂਦੇ ਨੇ ਤਾਂ ਜਿਹੜੇ ਪਹਿਲਾਂ ਪੈਸੇ ਲਏ ਹੁੰਦੇ ਨੇ ਉਹ ਮੱਲਣ ਦੇ ਸਾਰੇ ਬਾਬੇ ਦੇ ਮਕਾਨ 'ਤੇ ਖਰਚ ਹੋ ਜਾਂਦੇ ਨੇ ਅਤੇ ਹੁਣ ਉਹ ਦੁਬਾਰੇ ਫਿਰ ਝੰਡੇ ਕੋਲ ਚੱਲ ਜਾਂਦਾ ਅਤੇ ਉਹਦੇ ਨਾਲ 2 ਕਮਾਂ ਦੀ ਗੱਲ ਕਰ ਲੈਂਦਾ
ਤੇ ਹੁਣ ਉਹ ਦੋ ਕਮਾਂ ਦੀ ਸਿਰਫ 5,000 ਦੇਣ ਨੂੰ ਮੰਨਦਾ। ਫਸੇ ਮੱਲਣ ਨੂੰ ਇਹ ਸਾਰੀ ਗੱਲ ਝੰਡੇ ਦੀ ਮੰਨਣੀ ਪੈਂਦੀ ਹੈ। ਤੇ ਉਸ ਤੋਂ ਬਾਅਦ ਗੋਂਦੀ ਦੇ ਪਰਿਵਾਰ ਦੀ ਗੱਲ ਆਖਰੀ ਕਾਂਡ ਦੇ ਵਿੱਚ ਦੱਸੀ ਜਾਂਦੀ ਹੈ ਕਿ ਗੋਂਦੀ ਦਾ ਬਾਪ ਜੱਟ ਬਾਹਮਣ ਸੀ, ਮਤਲਬ ਉਹ ਕਿਸੇ ਦੇ ਮੰਗਣ ਨਹੀਂ ਜਾਂਦਾ ਸੀ, ਆਪਦੀ ਮਿਹਨਤ ਨਾਲ ਖੇਤੀ ਕਰਦਾ ਸੀ ਤੇ ਉਹਦੇ ਬਾਹਾਂ ਦੇ ਵਿੱਚ ਭਾਰੀ ਸੱਬਲ ਜਿੰਨੀ ਜਾਨ ਹੁੰਦੀ ਸੀ। ਪਰ ਗੋਂਦੀ ਬਾਹਮਣ ਨਾ ਬਾਹਮਣ ਰਿਹਾ ਨਾ ਜੱਟ ਰਿਹਾ। ਤੇ ਉਸ ਤੋਂ ਬਾਅਦ ਉਹਨੇ ਆਪਣੇ ਮੁੰਡੇ ਬਦਰੀ ਨੂੰ ਪੜ੍ਹਾਇਆ ਤੇ ਪੜ੍ਹਨ ਤੋਂ ਬਾਅਦ ਉਹ ਟੀਚਿੰਗ ਲਾਈਨ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ ਅਧਿਆਪਕ ਲੱਗ ਜਾਂਦਾ ਹੈ। ਅਧਿਆਪਕ ਲੱਗਦੇ ਹੋਏ ਵੀ ਉਹ ਆਪਣੀ ਪੜ੍ਹਾਈ ਜਾਰੀ ਰੱਖਦਾ ਹੈ ਅਤੇ ਐੱਫ ਏ ਅੰਗਰੇਜ਼ੀ ਬੀ ਏ ਦੀ ਅੰਗਰੇਜ਼ੀ ਉਹ ਪੜ੍ਹਦਾ ਰਹਿੰਦਾ। ਪਰ ਉਸ ਤੋਂ ਬਾਅਦ ਇੱਕ ਦਿਨ ਉਹ ਕਾਮਰੇਡ ਦੇ ਨਾਲ ਗੱਲਾਂ ਬਾਤਾਂ ਦੇ ਵਿੱਚ ਉਹਨੂੰ ਉਹ ਦੋ ਕਿਤਾਬਾਂ ਦੇ ਜਾਂਦਾ, ਜਿਸ ਤੋਂ ਬਾਅਦ ਉਹਦੀ ਜ਼ਿੰਦਗੀ ਟਰਨ ਅਰਾਊਂਡ ਹੋ ਜਾਂਦੀ ਹੈ ਅਤੇ ਉਹ ਰੂਸ ਦਾ ਪੰਜਾਬੀ ਦੇ ਵਿੱਚ ਜਿੰਨਾ ਵੀ ਅਨੁਵਾਦ ਹੋਇਆ ਉਹ ਸਾਰਾ ਪੜ੍ਹਦਾ ਅਤੇ ਉਹਨੂੰ ਮਾਰਕਸ ਬਹੁਤ ਵੱਡਾ ਗੁਰੂ ਲੱਗਦਾ। ਕਾਂਡ 11 ਤੋਂ ਲੈ ਕੇ 15 ਤੱਕ ਗੋਂਦੀ ਆਪਣੀ ਜ਼ਮੀਨ ਹਿੱਸੇ ਉੱਤੇ ਦੇ ਕੇ ਰੱਖਦਾ ਸੀ। ਉਹ ਹੁਸ਼ਿਆਰ ਬਣਦਾ ਸੀ, ਕਿਸੇ ਵੀ ਜੱਟ ਨੂੰ 3 ਸਾਲਾਂ ਤੋਂ ਵੱਧ ਜ਼ਮੀਨ ਨਾ ਦਿੰਦਾ, ਉਹਨੂੰ ਲੱਗਦਾ ਵੀ ਕਿਤੇ ਦਾਬਾ ਨਾ ਕਰ ਲਏ ਜੱਟ। ਪਰ ਅੱਗੇ ਜਿਹੜਾ ਵੀ ਉਹਨੂੰ ਹਿੱਸੇ ਵਾਲਾ ਮਿਲਦਾ ਉਹ ਉਹਨੂੰ ਵਿੱਚੋਂ ਉਹਨੂੰ ਕੁਛ ਨਾ ਦਿੰਦਾ। ਗੋਂਦੀ ਨੂੰ ਲੱਗਦਾ ਕਿ ਬਾਹਮਣਾਂ ਨਾਲ ਕੋਈ ਧੋਖਾ ਨਹੀਂ ਕਰਦਾ ਅਤੇ ਬਾਹਮਣਾਂ ਦਾ ਕੋਈ ਨਹੀਂ ਖਾਂਦਾ। ਉਸ ਤੋਂ ਬਾਅਦ ਹਾਲਾਤ ਬੜੇ ਤੇਜ਼ੀ ਨਾਲ ਬਦਲਦੇ ਨੇ, ਜ਼ਮੀਨਾਂ ਦੀ ਮਰੱਬੇਬੰਦੀ ਸ਼ੁਰੂ ਹੋ ਜਾਂਦੀ ਹੈ ਅਤੇ ਪਟਵਾਰੀ ਸਾਰੇ ਪਿੰਡਾਂ ਦੇ ਵਿੱਚ ਆਉਂਦੇ ਨੇ ਅਤੇ ਜ਼ਮੀਨਾਂ ਦੀ ਮਰੱਬੇਬੰਦੀ ਕਰਦੇ ਨੇ। ਉਸ ਤੋਂ ਬਾਅਦ ਬੱਸਾਂ ਚੱਲਣ ਲੱਗ ਜਾਂਦੀਆਂ ਨੇ ਪਿੰਡਾਂ ਦੇ ਵਿੱਚ, ਸੜਕਾਂ ਬਣਦੀਆਂ ਨੇ, ਸਫੈਦੇ ਨਾਂ ਦਾ ਨਵਾਂ ਪੇਡਾ ਆ ਜਾਂਦਾ ਹੈ, ਨਵੇਂ ਬੀਜ, ਨਵੀਆਂ ਖਾਦਾਂ, ਪਹਿਲੀ ਵਾਰ ਟਰੈਕਟਰ ਝੰਡਾ ਲੈ ਕੇ ਆਉਂਦਾ। ਨਾਜਰ ਹੁਣ ਆਪਣੀ ਖੇਤੀ ਦਾ ਕੰਮ ਛੱਡ ਕੇ ਠੇਕੇਦਾਰੀ ਦਾ ਕੰਮ ਸ਼ੁਰੂ ਕਰ ਦਿੰਦਾ, ਸ਼ਰਾਬ ਦੇ ਠੇਕੇ ਲੈਣ ਦਾ। ਅਤੇ ਗਿੰਦਰ ਅਜੇ ਜਿਉਂਦਾ ਹੁੰਦਾ, ਉਹ ਪਰਾਗਦਾਸ ਦੇ ਡੇਰੇ 'ਤੇ ਹੀ ਰਹਿੰਦਾ। ਉਸ ਤੋਂ ਬਾਅਦ ਜੰਗੀਰਾ ਵੀ ਆਪਣੀ ਪੂਰੀ ਕੈਦ ਕੱਟ ਕੇ ਆ ਜਾਂਦਾ ਅਤੇ ਇੱਕ ਸੀਤੂ ਨਾਂ ਦੀ ਤੀਮੀ ਨੂੰ ਵਿਆਹ ਲਿਆਉਂਦਾ। ਮੱਲਣ ਦਾ ਟਾਲੀ ਵਾਲਾ ਸਾਰਾ ਖੇਤ ਝੰਡੇ ਕੋਲ ਗਹਿਣੇ ਟਿਕ ਚੁੱਕਿਆ ਸੀ, ਗਹਿਣਾ 30,000 ਰੁਪਏ ਤੱਕ ਚਲਿਆ ਗਿਆ ਸੀ। ਅਤੇ ਤੀਜੀ ਕੁੜੀ ਜੀਤੋ ਦਾ ਸਾਗ ਵੱਡੀ ਕੁੜੀ ਲੱਖੋ ਆਪਣੇ ਦਿਓਰ ਨੂੰ ਲੈ ਜਾਂਦੀ ਹੈ। ਬਲਕਾਰ ਉਹਦਾ ਮੁੰਡਾ 10ਵੀਂ ਪਾਸ ਕਰਕੇ ਹੁਣ ਕਾਲਜ ਵਿੱਚ ਪੜ੍ਹਦਾ। ਦੂਜੇ ਪਾਸੇ ਪਰਾਗਦਾਸ ਦਾ ਜਿਹੜਾ ਮਹੰਤ ਹੁੰਦਾ ਚਰਨਦਾਸ, ਉਹ ਮਰ ਜਾਂਦਾ ਅਤੇ ਉਹਦਾ ਮੁੰਡਾ ਤੀਰਥ ਸਿੰਘ ਨੇ ਗੋਂਦੀ ਬਾਹਮਣ ਉੱਤੇ ਮੁਕੱਦਮਾ ਕਰ ਦਿੱਤਾ। ਤਾਂ ਗੋਂਦੀ ਬਾਹਮਣ 'ਤੇ ਉਹਨੇ ਮੁਕੱਦਮਾ ਤਾਂ ਕੀਤਾ ਕਿਉਂਕਿ 2 ਵਿਘੇ ਜ਼ਮੀਨ ਹੈ ਉਹਦੇ ਬਾਪ ਨੇ ਚਰਨਦਾਸ ਨੇ ਉਹਨੂੰ ਦਾਨ ਕਰ ਦਿੱਤੀ ਸੀ, ਜੋ ਕਿ ਤੀਰਥ ਹੁਣ ਲੈਣਾ ਚਾਹੁੰਦਾ। ਇਹਨਾਂ ਸਾਰੀਆਂ ਗੱਲਾਂ ਦੇ ਨਾਲ ਹੀ ਬਦਰੀ ਨਾਰਾਇਣ ਜਦੋਂ ਵੀ ਪਿੰਡ ਆਉਂਦਾ ਤਾਂ ਪਿਓ ਪੁੱਤ 'ਚ ਹਮੇਸ਼ਾ ਲੜਾਈ ਹੁੰਦੀ ਹੈ। ਉਹ ਹੁਣ ਮਾਰਕਸ ਦੇ ਪੈਰਾਂ 'ਤੇ ਚੱਲਣਾ ਚਾਹੁੰਦਾ ਅਤੇ ਉਹ ਆਪਣੇ ਪਿਤਾ ਨੂੰ ਕਹਿੰਦਾ ਵੀ ਤੂੰ ਇਹ ਮੰਗ ਖਾਣਾ ਕੰਮ ਛੱਡ ਦੇ, ਇਹ ਬਾਹਮਣਾਂ ਵਾਲਾ ਕੰਮ ਛੱਡ ਦੇ, ਇਹਨਾਂ ਦੇ ਵਿੱਚ ਕੁਝ ਨਹੀਂ ਰੱਖਿਆ। ਪਰ ਪਿਤਾ ਉਹਦੀ ਗੱਲ ਨਹੀਂ ਮੰਨਦਾ ਅਤੇ ਉਹ 2 ਵਿਘੇ ਜ਼ਮੀਨ ਦੀ ਵੀ ਗੱਲ ਕਰਦਾ ਕਿ ਵੀ ਉਹ ਜੱਟਾਂ ਨੂੰ ਵਾਪਸ ਕਰ ਦੇ। ਪਰ ਬਾਹਮਣ ਤੜੀ ਕਰਦਾ, ਕਹਿੰਦਾ ਵੀ ਮੈਂ ਵਾਪਸ ਨਹੀਂ ਕਰਦਾ, ਮੈਂ ਪੂਰਾ ਜਿਹੜਾ ਮੁਕੱਦਮਾ ਉਹ ਚੱਲੂੰਗਾ। ਇਸ ਮੁਕੱਦਮੇ ਦੇ ਵਿੱਚ ਗੋਂਦੀ ਦੀ 5 ਕਿੱਲੇ ਜ਼ਮੀਨ ਹੋਰ ਗਹਿਣੇ ਟਿਕ ਜਾਂਦੀ ਹੈ ਝੰਡੇ ਵੱਲ। ਅਸਲ 'ਚ ਇਹ ਸਾਰੀ ਖੇਡ ਹੀ ਝੰਡੇ ਦੀ ਹੁੰਦੀ ਹੈ ਅਤੇ ਉਹ ਮੁਕੱਦਮਾ ਕਰਵਾ ਦਿੰਦਾ ਤਾਂ ਕਿ ਜਿਹੜੀ ਉਹਦੇ ਲੜਾਈ ਦਾ ਫਾਇਦਾ ਹੋਵੇ ਉਹ ਝੰਡੇ ਨੂੰ ਮਿਲੇ। ਅਤੇ ਦੋਨਾਂ ਹੀ ਘਰਾਂ ਦਾ ਨੁਕਸਾਨ ਹੁੰਦਾ ਕਿਉਂਕਿ ਮੁਕੱਦਮਾ ਜਿਹੜਾ ਉਹ ਗੋਂਦੀ ਜਿੱਤ ਜਾਂਦਾ, ਪਰ ਉਹ ਆਪਣੀ ਜ਼ਮੀਨ ਹੈ ਜਿਹੜੀ ਉਹਨੂੰ 5 ਕਿੱਲੇ ਗਹਿਣੇ ਕਰਨੀ ਪੈਂਦੀ ਹੈ ਕਿਉਂਕਿ ਪੈਸੇ ਪੱਤਰੇ ਸਾਰੇ ਕਿਤੇ ਉਹਨੂੰ ਵੰਡਣੇ ਪੈਂਦੇ ਨੇ। ਫਿਰ ਤੀਰਥ ਨੂੰ ਮਿਲਖਾ ਫੌਜੀ ਇੱਕ ਸੀਖਤ ਦਿੰਦਾ ਕਿ ਸਰਕਾਰਾਂ ਤੋਂ ਤਾਂ ਤੂੰ ਹਾਰ ਗਿਆ, ਦੂਜਾ ਹਥਿਆਰ ਇੱਕ ਹੋਰ ਹੈ ਕਿ ਬਾਹਮਣ ਮਾਣ ਤਾਣ ਦਾ ਭੁੱਖ ਹੈ, ਤੂੰ ਇਕੱਠ ਕਰ ਲੈ ਅਤੇ ਪੈਰਾਂ 'ਤੇ ਪੱਗ ਰੱਖ ਦੇ ਬਾਹਮਣ ਦੇ। ਤਾਂ ਸਾਰੇ ਹੀ ਇੱਦਾਂ ਲੋਕ ਉਹਦੇ ਨੂੰ ਸਪੋਰਟ ਕਰਨ ਲੱਗ ਜਾਂਦੇ ਨੇ ਤੀਰਥ ਨੂੰ, ਅਤੇ ਇੱਦਾਂ ਹੀ ਹੁੰਦਾ ਅਤੇ ਬਾਹਮਣ 'ਤੇ ਪ੍ਰੈਸ਼ਰ ਪਾ ਕੇ ਉਸ ਤੋਂ ਦੁਬਾਰੇ ਜ਼ਮੀਨ ਲੋਕ ਵਾਪਸ ਕਰਵਾ ਦਿੰਦੇ ਨੇ। 16 ਤੋਂ ਲੈ ਕੇ 22 ਤੱਕ ਹੁਣ ਪਿੰਡਾਂ ਵਿੱਚ ਕਈ ਸਾਲਾਂ ਤੋਂ ਕੋਆਪਰੇਟਿਵ ਬੈਂਕ ਆ ਚੁੱਕੇ ਸਨ, ਜਿਸ ਕਰਕੇ ਬਾਣੀਆਂ ਦਾ ਕੰਮ ਖੜ੍ਹ ਚੁੱਕਿਆ ਸੀ ਅਤੇ ਲੋਕ ਹੁਣ ਸਾਰਾ ਕਰਜ਼ਾ ਬੈਂਕਾਂ ਤੋਂ ਲੈਂਦੇ ਅਤੇ ਹੋਰ ਵੀ ਬੀਜ, ਖੰਡ ਜਾਂ ਖਾਣ ਪੀਣ ਦੀਆਂ ਵਸਤਾਂ ਵੀ ਇਹ ਬੈਂਕਾਂ ਤੋਂ ਲੈ ਲੈਂਦੇ ਸਨ। ਪਰ ਉਦੋਂ ਬਾਅਦ ਲੋਕਾਂ ਦਾ ਇਹ ਕਹਿਣਾ ਸੀ ਕਿ ਆੜ੍ਹਤੀਆਂ ਕੋਲ ਤਾਂ ਆਪਣਾ ਪਰਦਾ ਰਹਿ ਜਾਂਦਾ ਕਿ ਜੋ ਜ਼ਮੀਨ ਧਰਨੀਆਂ ਜਾਂ ਪੈਸੇ ਨੇ, ਪਰ ਜੇ ਕੋਆਪਰੇਟਿਵ ਬੈਂਕਾਂ ਦਾ ਆਪਾਂ ਨਾਮ ਮੋੜੀਏ ਤਾਂ ਉਹ ਆ ਕੇ ਪਿੰਡ ਦੇ ਵਿੱਚ ਸਾਰਿਆਂ ਦੇ ਵਿੱਚ ਉਹ ਗੱਲਾਂ ਸੁਣਾਉਂਦੇ ਨੇ। ਅਤੇ ਨਾਲ ਹੀ ਪਿੰਡਾਂ ਦੇ ਵਿੱਚ ਹੁਣ ਪੰਚਾਇਤੀ ਚੋਣਾਂ ਹੋਣ ਲੱਗੀਆਂ। ਹਰਦਿੱਤ ਨੇ ਆਪ ਤਾਂ ਸਰਪੰਚ ਜਾਂ ਪੰਚ ਬਣਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ, ਪਰ ਉਹਨੇ ਜ਼ਮਾਨਾ ਦੇਖ ਕੇ ਕਿ ਹੁਣ ਸਿਆਸਤ ਦਾ ਜ਼ਮਾਨਾ ਆ ਗਿਆ ਤਾਂ ਉਹਨੇ ਮਿਲਖੇ ਦੀ ਅੰਦਰੋਂ ਅੰਦਰ ਮਦਦ ਕੀਤੀ ਅਤੇ ਪ੍ਰੀਤਮ ਅਤੇ ਪਾਖਰ ਨੰਬਰਦਾਰ ਦੀ ਵੀ ਮਦਦ ਕੀਤੀ, ਜਿਸ ਨਾਲ ਉਹ 3 ਜਿੱਤ ਗਏ। ਥੋੜ੍ਹੇ ਸਾਲਾਂ ਵਿੱਚ ਹੀ ਪ੍ਰੀਤਮ ਨੇ ਆਪਣੀ 6-7 ਕਿੱਲੇ ਜ਼ਮੀਨ ਜਿਹੜੀ ਗਿੰਦਰ ਦੀ ਢੇਰੀ ਵਿੱਚ ਮਿਲੀ ਸੀ ਉਹ ਗਹਿਣੇ ਕਰ ਦਿੱਤੀ ਅਤੇ ਬਹੁਤ ਹੀ ਉਹ ਸ਼ਰਾਬ ਪੀਣ ਲੱਗ ਗਿਆ, ਜਿਸ ਕਰਕੇ ਉਹਦੀ ਇਹ ਜ਼ਮੀਨ ਗਹਿਣੇ ਟਿਕ ਗਈ ਅਤੇ ਦੋਵੇਂ ਕੁੜੀਆਂ ਮੁਟਿਆਰ ਸਨ ਅਤੇ ਉਹਨਾਂ ਦਾ ਜਿਹੜਾ ਵਿਆਹ ਹੈ
ਉਹਦੀ ਘਰ ਵਾਲੀ ਨੰਦ ਕੌਰ ਨੇ ਜਾ ਕੇ ਆਪਦੇ ਭਾਈ ਨੂੰ ਕਿਹਾ। ਫਿਰ ਉਹਨਾਂ ਨੇ ਕਿਹਾ ਤਾਂ ਪੈਸਾ ਤਾਂ ਪ੍ਰੀਤਮ ਨੇ ਹੀ ਲਾਣਾ ਸੀ, ਜਿਸ ਕਰਕੇ ਉਹਨੇ ਆਪਣੀ ਰਹਿੰਦੀ ਜ਼ਮੀਨ ਵੀ ਗਹਿਣੇ ਕਰ ਦਿੱਤੀ। 1966 ਦੇ ਵਿੱਚ ਪੰਜਾਬ ਦੇ 3 ਟੋਟੇ ਹੋਏ, ਪੰਜਾਬ ਤੋਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵੱਖ ਹੋ ਗਏ ਅਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਅਕਾਲੀ ਦਲ ਦੀ ਵੀ ਸਰਕਾਰ ਬਣ ਗਈ। ਲੋਕ ਕਾਂਗਰਸ ਛੱਡ ਕੇ ਅਕਾਲੀ ਬਣਨ ਲੱਗ ਗਏ। ਹਰਦਿਲ ਸਿੰਘ ਜਿਹੜਾ ਪਹਿਲਾਂ ਕਾਂਗਰਸੀ ਟਿਕਟ ਉੱਤੇ ਜਿੱਤ ਕੇ 2 ਵਾਰੀ ਵਜ਼ੀਰ ਰਹਿ ਚੁੱਕਿਆ ਸੀ, ਹੁਣ ਅਗਲੀ ਵਾਰ ਕਾਂਗਰਸ ਦੀ ਟਿਕਟ ਨਾ ਮਿਲਣ 'ਤੇ ਉਹ ਅਕਾਲੀ ਬਣ ਗਿਆ ਅਤੇ ਅਕਾਲੀਆਂ ਤੋਂ ਉਹ MLA ਦੀ ਸੀਟ ਜਿੱਤ ਚੁੱਕਿਆ ਸੀ। ਮੱਲਣ ਦਾ ਮੁੰਡਾ ਬਲਕਾਰ 13-14 ਕਲਾਸਾਂ ਪੜ੍ਹ ਚੁੱਕਿਆ ਸੀ, ਪਰ ਉਹ ਐਸੀਆਂ ਪੁੱਠੀਆਂ ਕਿਤਾਬਾਂ ਪੜ੍ਹਨ ਲੱਗਿਆ ਉਹਨਾਂ ਦੇ ਅਨੁਸਾਰ ਕਿ ਮੁੜ ਕੇ ਉਹ ਪਿੰਡ ਆਉਣਾ ਵੀ ਹਟ ਗਿਆ ਅਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਨਕਸਲੀ ਲਹਿਰ ਦੇ ਵਿੱਚ ਚੱਲ ਗਿਆ ਅਤੇ ਉਹਨੇ ਚੇਅਰਮੈਨ ਸੰਗਾਰਾ ਸਿੰਘ ਦਾ ਕਤਲ ਕਰ ਦਿੱਤਾ ਹੈ। ਜਿਸ ਤੋਂ ਬਾਅਦ ਪੁਲਿਸ ਉਹਨੂੰ ਭਾਲਦੀ ਫਿਰਦੀ ਅਤੇ ਘਰ ਆ ਕੇ ਉਹਦਾ ਘਰ ਵੀ ਢਾ ਦਿੱਤਾ ਅਤੇ ਨਾਲ ਹੀ ਮੱਲਣ ਅਤੇ ਉਹਦੀ ਪਤਨੀ ਨੂੰ ਵੀ ਬਹੁਤ ਜ਼ਿਆਦਾ ਕੁੱਟਿਆ ਅਤੇ ਬਾਅਦ ਵਿੱਚ ਲੋਕਾਂ ਨੇ ਉਹਨੂੰ ਛਡਵਾਇਆ ਅਤੇ ਬਾਅਦ ਵਿੱਚ ਹਰਦਿੱਤ ਨੇ ਨੰਬਰਦਾਰ ਪਾਖਰ ਸਿੰਘ ਨੂੰ ਲਾਲਚ ਦੇ ਕੇ ਉਸਨੇ ਮੁਖਬਰੀ ਕਰ ਦਿੱਤੀ ਅਤੇ ਜਿਸ ਤੋਂ ਬਾਅਦ ਪੁਲਿਸ ਨੇ ਆ ਕੇ ਉਸਨੂੰ ਮਾਰ ਦਿੱਤਾ। ਜਦੋਂ ਨੰਬਰਦਾਰ ਪਾਖਰ ਦੇ ਪੁੱਤਰ ਮੇਹਰ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨੇ ਬਾਪ ਨੂੰ ਆ ਕੇ ਝਿੜਕਾਂ ਮਾਰੀਆਂ ਅਤੇ ਉਹਨੂੰ ਬਾਹਰ ਕੱਢ ਦਿੱਤਾ ਅਤੇ ਅੰਦਰੋਂ ਗੇਟ ਲਾ ਦਿੱਤਾ ਅਤੇ ਬਾਹਰ ਮੁੰਡਿਆਂ ਨੇ ਆ ਕੇ ਪਿੰਡ ਦੇ ਮੁੰਡਿਆਂ ਨੇ ਆ ਕੇ ਉਹਦੇ ਬੱਟੇ ਮਾਰਤੇ ਅਤੇ ਬਾਅਦ ਵਿੱਚ ਉਹ ਉੱਥੇ ਉਸਦੀ ਬੱਟਿਆਂ ਮਾਰਨ ਕਾਰਨ ਉਹਦੀ ਮੌਤ ਹੋ ਜਾਂਦੀ ਹੈ। ਦੂਜੇ ਪਾਸੇ ਝੰਡਾ ਵੀ ਆਪਦੀ ਉਮਰ ਭੋਗ ਕੇ ਹੁਣ ਮਰ ਚੁੱਕਿਆ ਅਤੇ ਉਹਦੇ ਭੋਗ 'ਤੇ ਬਹੁਤ ਜ਼ਿਆਦਾ ਨਾਮੀ ਲੋਕ ਆਉਂਦੇ ਨੇ ਅਤੇ ਬਹੁਤ ਜ਼ਿਆਦਾ ਇਕੱਠ ਹੁੰਦਾ। ਇਸ ਦੇ ਨਾਲ ਹੀ ਇਹ ਭਾਗ ਖਤਮ ਹੁੰਦਾ ਹੈ। ਕਿਤਾਬ ਦੇ ਕੁੱਲ 4 ਭਾਗ ਹਨ ਅਤੇ ਹੁਣ ਤੁਸੀਂ 2 ਭਾਗਾਂ ਦੀ ਵੀਡੀਓ ਦੇਖ ਚੁੱਕੇ ਹੋ ਅਤੇ ਅਗਲੇ 2 ਭਾਗਾਂ ਦੀ ਵੀਡੀਓ ਅਗਲੇ ਪਾਰਟ ਦੇ ਵਿੱਚ ਦੇਖੋਗੇ। ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਧੰਨਵਾਦ।